ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ, ਰੋਜ਼ਾਨਾ ਲੋਕਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਅਤੇ ਭਾਰਤ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਜਿਹੜੀ ਆ ਉਹ ਕਰਾਂਗੇ ਨਵਜੋਤ ਸਿੰਘ ਸਿੱਧੂ ਦੇ ਸੰਦਰਭ ਦੇ ਵਿੱਚ। ਕੱਲ ਦੀਆਂ ਚਰਚਾਵਾਂ ਨੇ ਕਿ ਨਵਜੋਤ ਸਿੰਘ ਸਿੱਧੂ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਕੀ ਭਾਜਪਾ ਜਾਂ ਫਿਰ ਆਮ ਆਦਮੀ ਪਾਰਟੀ ਦੇ ਵਿੱਚ ਜਾ ਸਕਦੇ ਨੇ। ਜਿਹੋ ਜੀ ਬੇਰੁਖੀ ਕਾਂਗਰਸ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਨਾਲ ਜੇਲ੍ਹ ਆਉਣ ਤੋਂ ਪਹਿਲਾਂ ਦੀ, ਮੈਂ ਇਹ ਗੱਲ ਕਵਾਂਗਾ ਕਾਂਗਰਸ ਦੇ ਵੱਲੋਂ ਨਹੀਂ ਕਵਾਂਗਾ, ਕੁਝ ਕਾਂਗਰਸੀ ਲੀਡਰਾਂ ਦੇ ਵੱਲੋਂ ਜਿਹੜੇ ਇਸ ਵਕਤ ਕਾਬਜ ਹੈਗੇ ਆ ਕੁਝ ਵੱਡੇ ਅਹੁਦਿਆਂ ਦੇ ਉੱਪਰ, ਜਿਹੋ ਜਿਹੀ ਬਿਆਨਬਾਜ਼ੀ ਨਵਜੋਤ ਸਿੱਧੂ ਦੇ ਬਾਹਰ ਆਉਣ ਤੋਂ ਪਹਿਲਾਂ ਉਹਨਾਂ ਦੇ ਉੱਪਰ ਕੀਤੀ ਜਾ ਰਹੀ ਹੈ ਕਿ ਉਹੋ ਜੀ ਬੇਰੁਖੀ ਨੂੰ ਦੇਖਦਿਆਂ ਜਾਂ ਉਹਨਾਂ ਦੇ ਕਰਕੇ ਸਿੱਧੂ ਦੀ ਬੇਰੁਖੀ ਕਾਂਗਰਸ ਦੇ ਵੱਲੋਂ ਕੀਤੀ ਜਾ ਸਕਦੀ ਹੈ, ਤੇ ਜੇ ਕੀਤੀ ਜਾ ਸਕਦੀ ਆ ਤਾਂ ਸਿੱਧੂ ਦੀ ਰਣਨੀਤੀ ਕੀ ਹੋਏਗੀ? ਆਮ ਆਦਮੀ ਪਾਰਟੀ ਚ ਜਾਣਗੇ ਜਾਂ ਬੀਜੇਪੀ ਚ ਜਾਣਗੇ? ਅਜਿਹੀਆਂ ਚਰਚਾਵਾਂ ਜਿਹੜੀਆਂ ਉਹ ਚੱਲਣੀਆਂ ਸ਼ੁਰੂ ਹੋਈਆਂ ਨੇ ਕੱਲ ਤੋਂ, ਤਾਂ ਕਿਹੜੀ ਪਾਰਟੀ ਜਾਣਗੇ ਉਹ ਅਸੀਂ ਤੁਹਾਡੇ ਨਾਲ ਗੱਲਬਾਤ ਜਿਹੜੀ ਆ ਉਹ ਕਰਾਂਗੇ। ਨਾਲ ਹੀ ਨਾਲ ਗੱਲਬਾਤ ਜਿਹੜੀ ਆ ਕਰਾਂਗੇ ਕਿ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ, ਸਭ ਨੂੰ ਉਹਨਾਂ ਦੀਆਂ ਦੇ ਪ੍ਰਕਾਸ਼ ਪੁਰਬ ਦੀਆਂ ਜਿਹੜੀਆਂ ਉਹ ਲੱਖ ਲੱਖ ਮੁਬਾਰਕਾਂ। ਉਸ ਤੇ ਇੱਕ ਅਹਿਮ ਖਬਰ ਹੈ ਜਿਹਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ, ਕਿਉਂ ਇਹੋ ਜਿਹੀ ਖਬਰ ਆਈ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ, ਗੱਲਬਾਤ ਉਸ ਤੇ ਵੀ ਕਰਾਂਗੇ। ਤਾਂ ਉੱਧਰ ਕੋਰੋਨਾ ਸੰਬੰਧੀ ਕੀ ਅਪਡੇਟ ਹੈ ਪੰਜਾਬ ਦੇ ਅੰਦਰ, ਭਾਰਤ ਦੇ ਅੰਦਰ, ਗੱਲਬਾਤ ਉਹ ਤੇ ਵੀ ਕਰਾਂਗੇ ਕੀ ਲੱਗਣ ਜਾ ਰਹੀਆਂ ਨੇ ਪਾਬੰਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ, ਕੀ ਬੰਦ ਹੋਣ ਜਾ ਰਿਹਾ ਹੈ ਜਾਂ ਫਿਰ ਕੋਈ ਰਾਹਤ ਵਾਲੀ ਖਬਰ ਹੋਊਗੀ। ਸਾਰੀਆਂ ਖਬਰਾਂ ਤੇ ਵਿਸਥਾਰ ਪੂਰਵਕ ਚਰਚਾ ਕਰਾਂਗੇ। ਚਰਚਾ ਦੇ ਲਈ ਮੇਰੇ ਨਾਲ ਜੁੜੇ ਹੈ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਣਕਾ, ਸਵਾਗਤ ਹੈ ਜੀ ਪ੍ਰੋਗਰਾਮ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਅਣਕਾ ਸਾਹਿਬ, ਸ਼ੁਰੂਆਤ ਆ ਨਾ ਜਿਹੜੀ ਉਹ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਵਾਲੀ ਖਬਰ ਤੋਂ ਕਰਦੇ ਹਾਂ। ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਜਿੱਥੇ ਸੰਗਤਾਂ ਨੂੰ ਬਹੁਤ ਬਹੁਤ ਜਿਹੜੀਆਂ ਉਹ ਮੁਬਾਰਕਾਂ ਨੇ ਸਾਡੇ ਪੂਰੇ ਚੈਨਲ ਦੀ ਟੀਮ ਦੇ ਵੱਲੋਂ, ਤਾਂ ਉੱਥੇ ਹੀ ਖਬਰ ਇਹ ਆ ਰਹੀ ਹੈ ਅਣਖੀ ਸਾਹਿਬ ਕਿ ਇਸ ਸਾਲ ਗੁਰੂ ਸਾਹਿਬ ਦਾ ਜਿਹੜਾ ਪ੍ਰਕਾਸ਼ ਪੁਰਬ ਹੈ ਉਹ ਦੋ ਵਾਰੀ ਮਨਾਇਆ ਜਾਣਾ ਹੈ। ਕੈਲੰਡਰ ਦੇ ਵਿੱਚ ਇੱਦਾਂ ਦਾ ਹੇਰ ਫੇਰ ਹੋ ਗਿਆ, ਕਹਿੰਦੇ ਕਿ ਇਹਦੇ ਇਹ ਸਾਲ ਦੇ ਵਿੱਚ ਦੋ ਵਾਰੀ ਮਨਾਇਆ ਜਾਊਗਾ। ਜੇ ਅੱਜ ਮੈਂ ਅੱਜ ਮਨਾਇਆ ਜਾ ਰਿਹਾ, ਕਹਿੰਦੇ ਪਹਿਲਾਂ ਸਾਲ ਦੇ ਆਰੰਭ ਦੇ ਵਿੱਚ ਮਨਾ ਲਿਆ ਗਿਆ ਸੀ, ਤੇ ਅਗਲੇ ਸਾਲ ਸਥਿਤੀਆਂ ਇਹੋ ਜਿਹੀਆਂ ਬਣ ਗਈਆਂ, ਕਹਿੰਦੇ ਅਗਲੇ ਸਾਲ ਫਿਰ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਕਹਿੰਦੇ ਆਉਣਾ ਹੀ ਨਹੀਂ। ਅਣਖ ਸਾਹਿਬ ਕਿਵੇਂ ਦੇਖਦੇ ਹੋ ਇਸ ਸੰਬੰਧੀ, ਫਿਰ ਜਿਹੜੀ ਇਹ ਗੱਲਬਾਤ, ਇਹ ਸਥਿਤੀ ਕਿਹੋ ਜਿਹੀ ਬਣ ਗਈ? ਅਗਲੇ ਸਾਲ ਪ੍ਰਕਾਸ਼ ਪੁਰਬ ਆਉਣਾ ਹੀ ਨਹੀਂ ਤੇ ਇਸ ਸਾਲ ਦੋ ਵਾਰੀ ਮਨਾਤਾ, ਇਹ ਚੱਕਰ ਕੀ ਪਿਆ? ਸੁਖਵਿੰਦਰ ਜੀ, ਬਹੁਤ ਮਹੱਤਵਪੂਰਨ ਪ੍ਰਸ਼ਨ ਆ, ਤੇ ਇਹ ਪ੍ਰਸ਼ਨ ਜਿਹੜਾ ਵਾਕਿਆ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੇਵਕੂਫੀਆਂ ਜਾਂ ਨਲਾਇਕੀਆਂ ਦੇ ਕਰਕੇ ਹੀ ਇਹ ਸਥਿਤੀ ਜਿਹੜੀ ਪੈਦਾ ਹੋਈ ਹੈ। ਇੱਕ ਪਾਸੇ ਤਾਂ ਅੱਜ ਜਿਹੜਾ ਇਤਿਹਾਸ ਹੈ ਅੱਜ ਦਾ, ਸ਼ਹੀਦੀ ਸਮਾਰੋਹ ਦਾ ਅੱਜ ਦਾ ਆਖਰੀ ਦਿਨ ਹੈ ਕਿ ਜਿਸ ਦਿਨ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਬੀਤੇ ਦਿਨ ਜਿਸ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਨੂੰ ਸਜ਼ਾ ਦੇ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ, ਤੇ ਉਹਨਾਂ ਦੀ ਸ਼ਹਾਦਤ ਦੀ ਖਬਰ ਸੁਣ ਕੇ ਮਾਤਾ ਗੁਜਰੀ ਵੀ ਠੰਡੇ ਬੁਰਜ ਤੋਂ ਛਾਲ ਮਾਰ ਦਿੰਦੇ ਆ, ਤੇ ਅੱਜ ਯਾਨੀ ਕਿ 28 ਦਸੰਬਰ ਨੂੰ ਉਹਨਾਂ ਦਾ ਅੰਤਮ ਸੰਸਕਾਰ ਜਿਹੜਾ ਉਹ ਕੀਤਾ ਜਾਂਦਾ। ਤੇ ਵਜ਼ੀਰ ਸੂਬਾ ਸਰਹੰਦ ਦੇ ਜਿਹੜੇ ਵਜ਼ੀਰ ਖਾਨ ਆ ਉਹਦੇ ਦੀਵਾਨ ਟੋਡਰ ਮੱਲ ਸਾਹਿਬਜ਼ਾਦਿਆਂ ਵਾਸਤੇ ਔਰ ਮਾਤਾ ਗੁਜਰੀ ਵਾਸਤੇ 7200 ਮੋਹਰਾਂ ਸੋਨੇ ਦੀਆਂ ਖਿਲਾਰ ਕੇ ਉਹ ਜ਼ਮੀਨ ਲੈਂਦੇ ਨੇ ਸੰਸਕਾਰ ਵਾਸਤੇ, ਤੇ ਉਸ ਸਮੇਂ ਦੇ 72 ਕਿਲੋ ਸੋਨਾ ਉਹ ਕਿਹਾ ਜਾਂਦਾ ਕਿ ਉਹਨਾਂ ਨੇ ਉਸ ਵਕਤ ਜਿਹੜਾ ਸੂਬਾ ਸਰਹੰਦ ਨੂੰ ਦਿੱਤਾ ਉਹਨਾਂ ਨੇ ਦੀਵਾਨ ਟੋਡਰ ਮੱਲ ਨੇ, ਤੇ ਫਿਰ ਉਹਨਾਂ ਪਵਿੱਤਰ ਦੇਹਾਂ ਦਾ ਸੰਸਕਾਰ ਕੀਤਾ ਅੱਜ ਦੇ ਦਿਨ। ਤੇ ਅੱਜ ਦੇ ਦਿਨ ਹੀ ਮੋਤੀ ਰਾਮ ਮਹਿਰਾ ਜਿਹੜਾ ਭਾਈ ਹਿੰਮਤ ਸਿੰਘ ਜਿਹੜੇ ਸੀ ਜਿਹੜੇ ਪੰਜਾਂ ਪਿਆਰਿਆਂ ਦੇ ਵਿੱਚੋਂ ਸੀ ਉਹਨਾਂ ਨੂੰ ਵੀ ਸਜ਼ਾ ਜਿਹੜੀ ਦਿੱਤੀ ਜਾਂਦੀ ਉਹਦੇ ਪਰਿਵਾਰ ਨੂੰ ਵੀ ਅੱਜ ਦੇ ਦਿਨ। ਸੋ ਇੱਕ ਪਾਸੇ ਤਾਂ ਅੱਜ ਦਾ ਦਿਨ ਇਹ ਮਹਾਨ ਸ਼ਹਾਦਤ ਆ ਜਿਹੜੇ ਸ਼ਹੀਦਾਂ ਦਾ ਅੰਤਮ ਸੰਸਕਾਰ ਨਾਲ ਸੰਬੰਧਿਤ ਆ, ਤੇ ਇਸੇ ਹੀ ਕਾਰਨ ਕੁਝ ਲੋਕਾਂ ਨੇ ਜਾਂ ਜਥੇਬੰਦੀਆਂ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਬੇਨਤੀ ਕੀਤੀ ਗਈ ਸੀ ਕਿ ਅੱਜ ਇਹ ਜਨਮ ਦਿਨ ਗੁਰੂ ਸਾਹਿਬ ਦਾ ਨਾ ਮਨਾਇਆ ਜਾਵੇ ਬਲਕਿ 5 ਜਨਵਰੀ ਨੂੰ ਮਨਾ ਲਿਆ ਜਾਵੇ। ਬਕਾਇਦਾ ਬੇਨਤੀਆਂ ਜਿਹੜੀਆਂ ਕੀਤੀਆਂ ਕਿਉਂਕਿ ਪਹਿਲਾ ਸੋਗਮਈ ਹਫ਼ਤਾ ਹੈਗਾ, ਕਿਤੇ ਵੀ ਨਗਰ ਕੀਰਤਨ ਜਿਹੜੇ ਸੁਸ਼ੋਭਿਤ ਨਹੀਂ ਹੋ ਸਕਦੇ ਗੁਰੂ ਸਾਹਿਬ ਦੀ ਯਾਦ ਦੇ ਵਿੱਚ, ਕਿਉਂਕਿ ਇੱਕ ਪਾਸੇ ਤਾਂ ਤੁਸੀਂ ਸੋਗ ਮਨਾ ਰਹੇ ਜੇ ਸਾਹਿਬਜ਼ਾਦਿਆਂ ਦਾ, ਅੱਜ ਉਹਨਾਂ ਦਾ ਅੰਤਮ ਸੰਸਕਾਰ ਜਿਹੜਾ ਜਿਸ ਦਿਨ ਕੀਤਾ ਗਿਆ ਤਾਂ ਅੱਜ ਦਾ ਬਣਦਾ ਹੀ ਨਹੀਂ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਹਮੇਸ਼ਾ ਧਾਰਨਾ ਰਹੀ ਆ ਜਾਂ ਚੱਲਣ ਰਿਹਾ ਕਿ ਉਹਨਾਂ ਨੇ ਸਥਾਪਿਤ ਧਾਰਨਾਵਾਂ ਤੇ ਉਲਟ ਗੱਲ ਕਰਦੀ ਆ, ਇਹ ਉਹਨਾਂ ਦਾ ਕੋਈ ਜਾਤੀ ਮੁਫਾਦ ਹੋ ਸਕਦਾ? ਬੜੀਆਂ ਜਥੇਬੰਦੀਆਂ ਵੱਲੋਂ ਵੀ ਗੱਲ ਕਹੀ ਗਈ ਕਿ ਤੁਸੀਂ 5 ਜਨਵਰੀ ਨੂੰ ਮਨਾਓ, ਕਿਉਂਕਿ ਪਿਛਲੇ ਸਾਲ ਵੀ 5 ਜਨਵਰੀ ਨੂੰ ਗੁਰੂ ਸਾਹਿਬ ਦਾ, ਇਸ ਸਾਲ 2023 ਨੂੰ ਮਾਫ ਕਰਦਾ 2022 ਨੂੰ 5 ਜਨਵਰੀ ਨੂੰ ਮਨਾਇਆ ਗਿਆ, ਤੇ ਅੱਜ ਇਹ ਜਿਹੜਾ
28 ਜਨਵਰੀ ਨੂੰ ਫਿਰ ਉਹਨਾਂ ਦਾ ਆ ਗਿਆ। ਹੁਣ ਉਸ ਹਿਸਾਬ ਦੇ ਨਾਲ 2023 ਚ ਤਾਂ ਫਿਰ ਆਉਣਾ ਹੀ ਨਹੀਂ, 2023 ਚ ਤਾਂ ਫਿਰ ਆਉਣਾ ਹੀ ਨਹੀਂ ਜੀ ਜੀ ਤਾਂ ਉਹ ਆਉਣਾ ਹੀ ਨਹੀਂ ਫਿਰ। ਹੁਣ ਅਜਿਹੀਆਂ ਸਥਿਤੀਆਂ ਦੇ ਵਿੱਚ ਕਾਰਨ ਜਿਹੜਾ ਆ ਸੁਖਵਿੰਦਰ ਜੀ ਉਹ ਨਾਨਕਸ਼ਾਹੀ ਕੈਲੰਡਰ ਹੈਗਾ। ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਸਿੱਖ ਜਿਹੜਾ ਆਪਾਂ ਕਹਿ ਸਕਦੇ ਕਿ ਸਿੱਖ ਧਰਮ ਦੇ ਵਿੱਚ ਹਮੇਸ਼ਾ ਦੁਵਿਧਾ ਰਹੀ ਹੈ। ਸਿੱਖ ਪੰਥ ਦੇ ਵਿੱਚ ਕੁਝ ਨਾਨਕਸ਼ਾਹੀ ਕੈਲੰਡਰ ਨੂੰ ਮੰਨਦੇ ਆ, ਕੁਝ ਕਿਸੇ ਨੂੰ ਕੈਂਸਲ ਕਰ ਦਿੰਦੇ ਆ। ਇਹ ਬੀਬੀ ਜਗੀਰ ਕੌਰ ਹੁਣਾਂ ਨੇ ਕੀਤਾ ਸੀ, ਬੀਬੀ ਜਗੀਰ ਕੌਰ ਹੁਣਾਂ ਨੇ ਇੱਕ ਵਾਰੀ ਜਦੋਂ ਸਥਾਪਿਤ ਕੀਤਾ ਤਾਂ ਗਿਆਨੀ ਪੂਰਨ ਸਿੰਘ ਹੁਣੀ ਹੁੰਦੇ ਸੀ ਉਸ ਵੇਲੇ ਅਕਾਲ ਤਖ਼ਤ ਦੇ ਜਥੇ ਦਾ, ਉਹਨੇ ਰੱਦ ਕਰਤਾ ਬੀਬੀ ਜਗੀਰ ਕੌਰ ਨੂੰ, ਉਹਨਾਂ ਨੇ ਪੰਥ ਚੋਂ ਕੱਢਤਾ ਬੀਬੀ ਜਗੀਰ ਕੌਰ ਨੇ ਉਹਨੂੰ ਕੱਢਤਾ, ਬਹੁਤ ਕੁਝ ਇਸ ਕੈਲੰਡਰ ਨੂੰ ਲੈ ਕੇ ਚੱਲਦਾ ਰਿਹਾ। ਤਾਂ ਉਸ ਵਕਤ ਬੀਬੀ ਜਗੀਰ ਕੌਰ ਹੁਣਾਂ ਨੇ ਇਹ ਗੱਲ ਕਹੀ ਸੀ ਕਿ ਇੱਕ ਦਿਨ ਤੁਸੀਂ ਨਿਸ਼ਚਿਤ ਕਰ ਲਓ 5 ਜਨਵਰੀ, ਕਿ ਹਰ ਸਾਲ 5 ਜਨਵਰੀ ਨੂੰ ਮਨਾਇਆ ਜਾਇਆ ਕਰੇ, ਤਾਂ ਚਾਹੋ ਜੋ ਸੰਗਤਾਂ ਨੂੰ ਕੋਈ ਭੰਬਲ ਭੂਸਾ ਜਿਹੜਾ ਨਾ ਰਵੇ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਪਣੇ ਆਕਾਵਾਂ ਦੇ ਇਸ਼ਾਰੇ ਤੇ ਸ਼ਾਇਦ ਅਜਿਹਾ ਕਰਨ ਵਾਸਤੇ ਹੀ ਮਜਬੂਰ ਆ, ਕਿਉਂਕਿ ਇਹਦੇ ਨਾਲ ਇੱਕ ਉਹਨਾਂ ਦੀ ਇੱਕ ਵੱਖਰੀ ਧਾਰਨਾ ਜਿਹੜੀ ਉਹ ਪੈਦਾ ਹੋ ਜਾਂਦੀ ਕਿ ਨਹੀਂ ਭਈ ਜੇ ਸਰਕਾਰ ਇਸ ਤਰੀਕ ਨੂੰ ਮਨਾਉਣੀ, ਅਸੀਂ ਇਸ ਤਰੀਕੇ ਨੂੰ ਮਨਾਵਾਂਗੇ। ਜੇਕਰ ਹੁਣ 5 ਜਨਵਰੀ ਨੂੰ ਮੰਨ ਲਓ ਸਰਕਾਰ ਮਨਾ ਲੈਂਦੀ ਗੁਰੂ ਸਾਹਿਬ ਦਾ ਜਨਮ ਦਿਨ, ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹੋ ਹੀ ਜਿਤਨਾ ਕੇਂਦਰ ਦੇ ਉੱਤੇ ਇਲਜ਼ਾਮ ਲਾਇਆ। ਉਹਨਾਂ ਨੇ ਕਹਿਣਾ ਕਿ ਪੰਜਾਬ ਸਰਕਾਰ ਸਿੱਖਾਂ ਦੇ ਧਾਰਮਿਕ ਮਸਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰਦੀ ਹੈ, ਇਹ ਹੈ ਉਹ ਹੈ, ਇਹੋ ਜਿਹੀਆਂ ਗੱਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ। ਤੇ ਇਹ ਸੁਖਵਿੰਦਰ ਜੀ ਬੜੀ ਇੱਕ ਹਾਸੋਹੀਣੀ ਸਥਿਤੀ ਆ ਕਿ ਕਿਤੇ ਤਾਂ ਤੁਸੀਂ 28 ਦਸੰਬਰ ਨੂੰ ਮਨਾ ਰਹੇ ਜੇ, ਕਿਤੇ ਪਾਕਿਸਤਾਨ ਦੇ ਵਿੱਚ 5 ਜਨਵਰੀ ਨੂੰ ਗੁਰੂ ਸਾਹਿਬ ਦਾ ਜਨਮ ਦਿਨ ਮਨਾਇਆ, ਜ਼ਿਆਦਾ ਥਾਵਾਂ ਤੇ ਜਿਹੜੀਆਂ ਲੋਕਲ ਕਮੇਟੀਆਂ ਨੇ ਉਹ 5 ਜਨਵਰੀ ਨੂੰ ਐਰਕਾਂ ਵੀ ਗੁਰੂ ਸਾਹਿਬ ਦਾ ਜਨਮ ਦਿਨ ਮਨਾ ਰਹੀਆਂ ਨੇ। ਪਰ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਗੱਲ ਕਹਿਤੀ ਕਿ 28 ਦਸੰਬਰ ਤੋਂ ਹੀ ਮਨਾਇਆ ਜਾਣਾ। ਪੰਜਾਬ ਸਰਕਾਰ ਵੱਲੋਂ ਵੀ ਅੱਜ ਬਕਾਇਦਾ ਤੌਰ ਤੇ ਇਸ਼ਤਿਹਾਰ ਜਿਹੜੇ ਉਹ ਦੇ ਦਿੱਤੇ ਗਏ ਨੇ, ਸ਼ਾਇਦ ਇਸੇ ਹੀ ਕਾਰਨ ਕਿ ਕਿਸੇ ਵਾਦ ਵਿਵਾਦ ਵਿੱਚ ਨਾ ਪਿਆ ਜਾਵੇ। ਸੋ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਜਿਹੜੀ ਸਿੱਖਾਂ ਦੇ ਅਸੀਂ ਕਹਿੰਦੇ ਕਿ ਧਾਰਮਿਕ ਮਸਲੇ ਦੀ ਨੁਮਾਇੰਦਗੀ ਕਰਨ ਵਾਲੀ ਅਸਲ ਜਮਾਤ ਆ, ਹਮੇਸ਼ਾ ਉਹ ਸਮਝਦੇ ਕਿ ਜਿੰਨਾ ਵੱਡਾ ਸਿੱਖੀ ਦਾ ਠੇਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਆ, ਹੋਰ ਕਿਸੇ ਨੇ ਲਿਆ ਹੀ ਨਹੀਂ, ਤਾਂ ਘੱਟ ਤੋਂ ਘੱਟ ਫਿਰ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਕਿ ਸਿੱਖ ਅੱਗੇ ਹੀ ਮਤਲਬ ਵੱਖ ਵੱਖ ਗਰੁੱਪਾਂ 'ਚ ਧੜਿਆਂ 'ਚ ਵੱਡੇ ਪਏ ਨੇ, ਇਹਨਾਂ ਨੂੰ ਇੱਕ ਪਲੇਟਫਾਰਮ 'ਤੇ ਲਿਆਉਣ ਵਾਸਤੇ 10 ਗੁਰੂਆਂ ਦੇ ਜਨਮ ਦਿਨ ਵਾਸਤੇ ਇੱਕ ਦਿਨ ਨਿਸ਼ਚਿਤ ਕਰ ਲਓ, ਤਾਂ ਜੋ ਲੋਕ ਆਪਣੀਆਂ ਧਾਰਮਿਕ ਭਾਵਨਾਵਾਂ ਨੂੰ ਠੀਕ ਤਰੀਕੇ ਨਾਲ ਉਹਨਾਂ ਦਾ ਪ੍ਰਗਟਾਵਾ ਕਰ ਸਕਣ। ਨਹੀਂ ਤਾਂ ਅਜਿਹੇ ਭੰਬਲ ਭੂਸੇ ਦੀ ਜਿਹੜੀ ਸਥਿਤੀ ਹੈ ਸੁਖਵਿੰਦਰ ਜੀ, ਅੱਗੇ ਹੀ ਸਿੱਖ ਪੰਥ ਨੂੰ ਜਾਂ ਸਿੱਖ ਧਰਮ ਨੂੰ ਬੜਾ ਨੁਕਸਾਨ ਇਹਨੇ ਪਹੁੰਚਾਇਆ। ਤੇ ਜੇਕਰ ਇਹ ਹਮੇਸ਼ਾ ਰੌਲਾ ਇਹਨਾਂ ਦਿਨਾਂ 'ਚ ਪੈਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦਾ, ਅੱਜ ਦੀ ਨਵੀਂ ਗੱਲ ਨਹੀਂ, ਇਹ ਪਿਛਲੇ 3-4 ਸਾਲਾਂ ਤੋਂ ਇਸ ਤਰ੍ਹਾਂ ਹੀ ਹੁੰਦਾ ਆ ਰਿਹਾ। ਬਾਕੀ ਪਤਾ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਂ ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਕੀ ਮਜਬੂਰੀ ਆ ਕਿ ਉਹ ਇਸ ਸੰਬੰਧੀ ਕੋਈ ਵੀ ਡਿਸੀਜਨ ਪੱਕੇ ਤੌਰ ਤੇ ਲੈ ਹੀ ਨਹੀਂ ਸਕਦੇ, ਜਾਂ ਉਹਨਾਂ ਦੇ ਜਿਹੜੇ ਸਿਆਸੀ ਆਕਾ ਉਹਨਾਂ ਨੂੰ ਲੈਣ ਹੀ ਨਹੀਂ ਦਿੰਦੇ। ਚਾਹੀਦਾ ਤਾਂ ਇਹ ਆ ਕਿ ਇਹ ਸਥਿਤੀ ਜਿਹੜੀ ਹੈ ਸਾਫ਼ ਹੋਣੀ ਚਾਹੀਦੀ, ਇੱਕ ਦਿਨ ਨਿਸ਼ਚਿਤ ਕਰ ਲਿਆ ਜਾਵੇ ਜਿਸ ਤਰ੍ਹਾਂ ਬੀਤੇ ਦੌਰ 'ਚ ਹੁੰਦਾ ਰਿਹਾ। ਪਰ ਹੁਣ ਵੇਖਣਾ ਹੋਵੇਗਾ ਕਿ ਇਹ ਜਿਹੜਾ ਹੁਣ ਵਾਦ ਵਿਵਾਦ ਜਿਹੜਾ ਪੈਦਾ ਹੋਇਆ ਹੁਣ ਇਸ ਤਰ੍ਹਾਂ ਕਿਵੇਂ ਨਜਿੱਠਿਆ ਜਾਂਦਾ। ਕਈ ਲੋਕ ਅੱਜ ਮਨਾਉਣਗੇ, ਕਈ 5 ਜਨਵਰੀ ਨੂੰ ਮਨਾਉਣਗੇ ਲੋਕਲ ਗੁਰਦੁਆਰਾ ਕਮੇਟੀਆਂ। ਸੋ ਇਹਦੇ ਸੰਬੰਧੀ ਚਾਹੀਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦਾ ਕੋਈ ਪੱਕਾ ਹੱਲ ਜਿਹੜਾ ਉਹ ਕੱਢੇ, ਤਾਂ ਜੋ ਸਿੱਖ ਸੰਗਤਾਂ ਭਵਿੱਖ ਵਿੱਚ ਕਿਸੇ ਵੀ ਭੰਬਲ ਭੂਸੇ ਦਾ ਸ਼ਿਕਾਰ ਨਾ ਹੋਣ, ਤੇ ਇੱਕ ਕੈਲੰਡਰ ਜਿਹੜਾ ਉਹ ਨਿਸ਼ਚਿਤ ਕਰ ਲਿਆ ਜਾਵੇ। ਨਾਨਕਸ਼ਾਹੀ ਕੈਲੰਡਰ ਕਿਹੜਾ ਮੰਨਣਾ, ਬੀਬੀ ਜਗੀਰ ਕੌਰ ਹੋਣਾ ਨੇ ਜਿਹਨੂੰ ਮਾਨਤਾ ਦਿੱਤੀ ਉਹ ਦਿੱਤੀ, ਜਾਂ ਉਹਨੂੰ ਵਿਸ਼ਵ ਇੱਕ ਨਵਾਂ ਕੈਲੰਡਰ ਬਣਾ ਕੇ ਬਹਿਜੋ, ਸਾਰੇ ਜਣੇ ਸਾਰੇ ਵਿਦਵਾਨ ਨੇ ਬਾਦਲ ਸਾਹਿਬ ਨੂੰ ਵਿੱਚ ਮਾਰ ਲਓ, ਸੁਖਬੀਰ ਬਾਦਲ ਨੂੰ ਵਿੱਚ ਮਾਰ ਲਓ, ਜਿਸ ਤਰੀਕ ਨੂੰ ਕਹਿੰਦਾ ਕਿ ਉਸ ਤਰੀਕ ਨੂੰ ਬਣਾ ਲਓ, ਪਰ ਘੱਟੋ ਘੱਟ ਬਣਾ ਲਓ। ਸੰਗਤਾਂ ਇਸ ਤਰ੍ਹਾਂ ਸੰਗਤਾਂ ਦਾ ਭਾਵਨਾਵਾਂ ਦਾ ਜਿਹੜਾ ਖਿਲਵਾੜ ਆ ਉਹ ਨਹੀਂ ਹੋਣਾ ਚਾਹੀਦਾ ਜੀ। ਬਿਲਕੁਲ ਬਿਲਕੁਲ, ਇਹ ਸਥਿਤੀ ਜਿਹੜੀ ਹੈ ਉਹ ਜਿੱਥੇ ਹਾਸੋ ਹਾਣੀ ਹੈ ਤੇ ਉੱਥੇ ਦੁਖਦਾਈ ਵੀ ਹੈ ਕਿ ਇਹੋ ਜਿਹੀ ਸਥਿਤੀ, ਇਹੋ ਜਿਹੇ ਮੁੱਦਿਆਂ ਦੇ ਉੱਪਰ ਵੀ ਜਿਹੜੇ ਲੋਕ ਆਪਣੀ ਚੌਧਰ ਜਿਹੜੀ ਆ ਕੋਠ ਨੂੰ ਬਾਜ ਨਹੀਂ ਆਉਂਦੇ। ਤਾਂ ਜੇ ਮਨਾਇਆ ਜਾਣਾ ਤਾਂ ਸਾਂਝੇ ਤੌਰ ਤੇ ਮਨਾ ਲਿਆ ਜਾਣਾ ਚਾਹੀਦਾ, ਚਾਹੇ ਸਰਕਾਰ ਹੈ ਚਾਹੇ ਸ਼੍ਰੋਮਣੀ ਕਮੇਟੀ ਹੈ। ਜੇ ਰਲ ਕੇ ਮਨਾਉਣਗੇ ਇੱਕ ਤਾਂ ਸੁਨੇਹਾ ਚੰਗਾ ਜਾਊਗਾ, ਇੱਕ ਮਨਾਇਆ ਚੰਗੇ ਤਰੀਕੇ ਨਾਲ ਜਾਊਗਾ, ਇਹ ਚੰਗੀ ਗੱਲ ਹੈ। ਪਰ ਇਸ ਤਰੀਕੇ ਦੀ ਜਿਹੜੀ ਰਾਜਨੀਤੀ ਗੁਰੂ ਸਾਹਿਬਾਨਾਂ ਦੇ ਉੱਪਰ ਜਿਹੜੀ ਕੀਤੀ ਜਾ ਰਹੀ ਆ ਉਹ ਮੈਨੂੰ ਲੱਗਦਾ ਕਿ ਉਹ ਸ਼ੋਭਾ ਨਹੀਂ ਦਿੰਦੀ, ਔਰ ਫਿਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਨਾ ਲੋਕਾਂ ਨੂੰ ਜਿਹੜੀ ਉਹ ਭੁਗਤਣੀ ਵੀ ਜ਼ਰੂਰ ਪੈ ਰਹੀ ਹੈ। ਤਾਨਕੀ ਸਾਹਿਬ, ਅਗਲੀ ਖਬਰ ਆਪਾਂ ਲੈ ਲੈਂਦੇ ਹਾਂ। ਆਪਾਂ ਰੋਜ਼ ਇੱਕ ਖਬਰ ਤੇ ਡਿਸਕਸ ਕਰਦੇ ਹਾਂ, ਰੋਜ਼ ਕਵਾਂਗਾ ਜਾਂ ਮੈਂ ਕਹਿੰਦਾ ਕਿ ਪਿਛਲੇ 2 ਦਿਨ ਤੋਂ ਇੱਕ ਖਬਰ ਤੇ ਡਿਸਕਸ ਕੀਤਾ ਹੈ ਕਿ ਜਿਹੜੀ ਇਹ ਖਬਰ ਲਗਵਾਈ ਗਈ ਹੈ ਜਿਹਦੇ ਵਿੱਚ ਕਿਹਾ ਗਿਆ ਕਿ ਨਵਜੋਤ ਸਿੰਘ ਸਿੱਧੂ ਦੇ ਉੱਪਰ ਕੋਈ ਨਾ ਕੋਈ ਜਿਹੜੀ ਹੈ ਉਹ ਕਾਰਵਾਈ ਕੀਤੀ ਜਾ ਸਕਦੀ ਹੈ। ਹਰੀਸ਼ ਚੌਧਰੀ ਦੇ ਵੱਲੋਂ ਲਿਖਿਆ ਹਾਈਕਮਾਨ ਨੂੰ ਪੱਤਰ ਜਿਹੜਾ ਉਹ ਲੰਬਿਤ ਪਿਆ ਹੈਗਾ, ਉਹ ਪੈਂਡਿੰਗ ਪਿਆ ਹੈਗਾ। ਪਰ ਆਪਾਂ ਇਹ ਗੱਲ ਪਹਿਲਾਂ ਕਹਿ ਚੁੱਕੇ ਹਾਂ ਕਿ ਇਹੋ ਜਿਹੇ ਪੱਤਰ ਦੇ ਹੁਣ ਕੋਈ ਮਾਇਨੇ ਨਹੀਂ ਰਹਿ ਗਏ, ਕਿਉਂਕਿ ਨਵਜੋਤ ਸਿੰਘ ਸਿੱਧੂ 8 ਮਹੀਨੇ ਦੀ ਜੇਲ੍ਹ ਜਿਹੜੀ ਕੱਟ ਕੇ ਉਹ ਬਾਹਰ ਆਉਣਾ ਹੈ, ਤੇ ਕਾਂਗਰਸ ਦੀ ਹਾਈਕਮਾਨ ਨੇ ਸਿੱਧੇ ਤੌਰ ਤੇ ਨਵਜੋਤ ਸਿੰਘ ਸਿੱਧੂ ਨੂੰ ਚਿੱਠੀ ਲਿਖ ਕੇ ਜਿਹੜੀ ਉਹ ਥਾਪੀ ਵੀ ਦਿੱਤੀ ਹੈ। ਪਰ ਇਹੋ ਜਿਹੀਆਂ ਖਬਰਾਂ ਲਗਵਾਉਣ ਤੋਂ ਬਾਅਦ ਹੁਣ ਉਧਰੋਂ ਸਰੀਰ ਜਾਖੜ ਨੇ ਵੀ ਵੱਡਾ ਬਿਆਨ ਦਿੱਤਾ, ਉਹ ਕਹਿੰਦੇ ਕਿ ਭਾਈ ਜੇ ਠੀਕ ਹੈ ਕਾਂਗਰਸ ਦੀ ਤਿਰੰਗ ਲੀਡਰਸ਼ਿਪ
ਉਹਨਾਂ ਦੇ ਵਾਸਤੇ ਵੀ ਕਹਿੰਦੇ ਬੀਜੇਪੀ ਦਾ ਰਾਹ ਖੁੱਲ੍ਹਾ ਹੈ। ਹਾਲਾਂਕਿ ਉਹਨਾਂ ਨੇ ਜਿਹੜਾ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨੂੰ ਜਿਹੜਾ ਭਗਵੰਤ ਮਾਨ ਦੇ ਨਾਲ ਦੋਸਤੀ ਦੇ ਤੌਰ ਤੇ ਜੋੜਿਆ, ਉਧਰ ਭਗਵੰਤ ਮਾਨ ਦੇ ਨਾਲ ਹੋਈ ਸਿੱਧੂ ਦੀ ਮੀਟਿੰਗ ਨੂੰ ਵੀ ਦੋਸਤੀ ਦੇ ਤੌਰ ਤੇ ਜੋੜਿਆ। ਹਾਲਾਂਕਿ ਜਿਹੜੀ ਮੀਟਿੰਗ ਹੋਈ ਸੀ ਉਹ ਮੁੱਦਿਆਂ ਦੇ ਤੌਰ ਤੇ ਹੋਈ ਸੀ। ਨਵਜੋਤ ਸਿੰਘ ਸਿੱਧੂ ਤਾਂ ਇੱਥੇ ਤੱਕ ਕਿ ਬੁੱਕਾ ਲੈ ਕੇ ਵੀ ਨਹੀਂ ਪਹੁੰਚੇ। ਉਹ ਕਹਿੰਦੇ ਸੀ ਕਿ ਮੈਂ ਬੁੱਕਾ ਲੈ ਕੇ ਕੋਈ ਰਸਮੀ ਮੁਲਾਕਾਤ ਕਰਨ ਨਹੀਂ ਆਇਆ, ਮੈਂ ਪੰਜਾਬ ਦੇ ਮੁੱਦੇ ਲੈ ਕੇ ਸਿੱਧ ਮੁੱਖ ਮੰਤਰੀ ਨੂੰ ਮਿਲਣ ਆਇਆ। ਬੁੱਕਿਆਂ ਦੀ ਇਹਦੇ ਵਿੱਚ ਕੋਈ ਅਹਿਮੀਅਤ ਨਹੀਂ, ਮੁੱਦਿਆਂ ਦੀ ਅਹਿਮੀਅਤ ਹੈ ਇਸ ਮੀਟਿੰਗ ਦੇ ਵਿੱਚ। ਉਹਨਾਂ ਨੇ ਉਸ ਸਮੇਂ ਜਿਹੜੀ ਮੀਟਿੰਗ ਦੇ ਵਿੱਚ ਗੱਲਬਾਤ ਕੀਤੀ, ਉਹ ਜਿਹੜੀ ਗੱਲਬਾਤ ਹੋਈ ਉਹਨੂੰ ਜਿਹੜਾ ਸੁਨੀਲ ਜਾਖੜ ਨੇ ਜੋੜਿਆ, ਸਿੱਧੂ ਦੀ ਰਿਹਾਈ ਵਾਲੀ ਨੂੰ ਜੋੜਿਆ, ਹਾਲਾਂਕਿ ਉਹ ਪਾਲਿਸੀ ਦੇ ਮੁਤਾਬਕ ਹੋ ਰਹੀ ਹੈ, ਮੁਆਫੀ ਵਾਲਾ ਚੱਕਰ ਨਹੀਂ ਹੈ ਇਹਦੇ ਵਿੱਚ। ਉਹੀ ਆ ਕਿ 50 ਸਾਲ ਚ ਜਿਹੜੇ ਉੱਪਰ ਵਾਲੇ ਲੋਕ ਹੈ ਜਿਨ੍ਹਾਂ ਦੀ 1 ਸਾਲ ਤੋਂ ਸਜ਼ਾ ਘੱਟ ਹੈ, ਜੇ ਉਹ 66% ਕੱਟ ਲੈਂਦੇ ਆ ਤਾਂ ਉਹਨਾਂ ਦੀ ਸਜ਼ਾ ਜਿਹੜੀ ਆ ਬਾਕੀ ਉਹ ਰਹਿੰਦੀ ਜਿਹੜੀ ਕੱਟੀ ਜਾਂਦੀ ਹੈ। ਤਾਂ ਇਸੇ ਤਰੀਕੇ ਦੇ ਉਸੇ ਪਾਲਿਸੀ ਦੇ ਤਹਿਤ ਸਿਰਫ ਨਵਜੋਤ ਸਿੱਧੂ ਨਹੀਂ ਸਗੋਂ ਦੀ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਰਿਹਾ ਉਸੇ ਦਿਨ ਹੀ ਹੋ ਰਹੇ ਆ ਨਵਜੋਤ ਸਿੰਘ ਸਿੱਧੂ ਦੇ ਨਾਲ। ਤਾਂ ਇਸ ਚੀਜ਼ ਨੂੰ ਸੁਨੀਲ ਜਾਖੜ ਨੇ ਜਿੱਥੇ ਇਹ ਤਨਿੰਗ ਮਾਫ ਕਰਨਾ ਜਿਹੜਾ ਤਨਿੰਗ ਲੀਡਰਸ਼ਿਪ ਕਹਿ ਕੇ ਜਿਹੜਾ ਉਹਨਾਂ ਨੇ ਕਾਂਗਰਸ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਤੁਹਾਡੇ ਕੋਲ ਸਿੱਧੂ ਦੇ ਖਿਲਾਫ ਕਾਰਵਾਈ ਕਰਨ ਦੇ ਰਾਹ ਹੈ ਤੇ ਉਹਨਾਂ ਕੋਲੇ ਵੀ ਬੀਜੇਪੀ ਅਤੇ ਆਮ ਆਦਮੀ ਪਾਰਟੀ ਵਰਗੀ ਜਿਹੜੀਆਂ ਪਾਰਟੀਆਂ ਨੇ ਉਹਦੇ ਵਿੱਚ ਜਾਣ ਦੇ ਰਾਹ ਹੈਗੇ ਆ ਕਿ ਮੇਰੇ ਦਿਵਾਨਗੀ ਸਾਹਿਬ ਕੀ ਵਾਕਈ ਕੋਈ ਕਾਰਵਾਈ ਜਿਹੜੀ ਹੋ ਸਕਦੀ ਹੈ, ਕਿ ਬਾਕੀ ਜੇ ਕਾਰਵਾਈ ਕਰਨ ਦੀ ਰੌ ਦੇ ਵਿੱਚ ਜਾਂ ਆਪਾਂ ਕਹੀਏ ਕਾਰਵਾਈ ਕਰਨ ਦੀ ਸਥਿਤੀ ਦੇ ਵਿੱਚ ਕਾਂਗਰਸ ਲੱਗਦੀ ਨਹੀਂ ਕਿ ਸਿੱਧੂ ਦੇ ਉੱਪਰ ਕੋਈ ਕਾਰਵਾਈ ਜਿਹੜੀ ਉਹ ਕੀਤੀ ਜਾ ਸਕੇ ਜਾਂ ਕਰਨ ਦੀ ਸਥਿਤੀ ਦੇ ਵਿੱਚ ਹੋਵੇ ਕਾਂਗਰਸ, ਕਿਉਂਕਿ ਇਸ ਵਕਤ ਸਿੱਧੂ ਦੀ ਕਾਂਗਰਸ ਨੂੰ ਲੋੜ ਹੈ, ਨਾ ਕਿ ਸਿੱਧੂ ਨੂੰ ਕਾਂਗਰਸ ਦੀ ਲੋੜ ਜਾਪ ਰਹੀ ਹੋਵੇ। ਆਪਾਂ ਇਹ ਗੱਲ ਕਲੀਅਰ ਕਰ ਚੁੱਕੇ ਹਾਂ ਪਹਿਲਾਂ ਹੀ। ਤਾਂ ਫਿਰ ਵੀ ਇੱਕ ਵਾਰੀ ਆਪਣੇ ਦਰਸ਼ਕਾਂ ਨਾਲ ਗੱਲਬਾਤ ਕਰ ਲਈਏ ਕਿ ਪਹਿਲੇ ਤੇ ਗੱਲ ਇਹ ਦੱਸੋ ਕਿ ਕਾਂਗਰਸ ਇੰਨੀ ਸਥਿਤੀ ਦੇ ਵਿੱਚ ਹੈਗੀ ਹੈ ਕਿ ਸਿੱਧੂ ਨੂੰ ਕਾਰਵਾਈ ਕਰੇ ਬਜਾਏ ਇਸਦੇ ਕਿ ਆਪਣੇ ਨਾਲ ਜੋੜੇ ਜਿਸ ਤਰੀਕੇ ਦਾ ਆਧਾਰ ਸਿੱਧੂ ਦਾ ਜੇਲ੍ਹ ਦੇ ਵਿੱਚ ਜਾਣ ਤੇ ਬਣ ਗਿਆ, ਕਿ ਸਿੱਧੂ ਨੂੰ ਤੋੜੂਗੀ ਕਾਂਗਰਸ ਅਜਿਹੀ ਸਥਿਤੀ ਦੇ ਵਿੱਚ, ਉਹ ਵੀ ਵੜਿੰਗ ਅਤੇ ਹਰੀਸ਼ ਚੌਧਰੀ ਦੇ ਕਹਿਣ ਤੇ। ਔਰ ਦੂਜੇ ਪਾਸੇ ਸਥਿਤੀਆਂ ਜਿਹੋ ਜਿਹੀ ਉਹਨਾਂ ਨੇ ਬਿਆਨ ਕੀਤੀਆਂ ਕਿ ਆਪ ਜਾਂ ਬੀਜੇਪੀ ਦੇ ਵਿੱਚ ਜਾ ਸਕਦੇ ਆ। ਅਨਿਕ ਸਾਹਿਬ ਇਹੋ ਜਿਹੀ ਗੱਲਬਾਤ ਕੋਈ ਲੱਗਦੀ ਤਾਂ ਨਹੀਂ, ਪਰ ਤੁਸੀਂ ਕੀ ਸੋਚਦੇ? ਸੁਖਵਿੰਦਰ ਜੀ, ਸੁਨੀਲ ਜਾਖੜ ਪੰਜਾਬ ਕਾਂਗਰਸ ਦੇ ਬੜੇ ਸੀਨੀਅਰ ਨੇਤਾ ਨੇ ਜਿਹੜੇ ਹੁਣ ਬੀਜੇਪੀ 'ਚ ਸ਼ਾਮਲ ਨੇ। ਕਾਂਗਰਸ ਦੇ ਸਮੁੱਚੇ ਵਰਤਾਰੇ ਨੂੰ ਉੱਪਰਲੀ ਹਾਈਕਮਾਂਡ ਤੋਂ ਲੈ ਕੇ ਪੰਜਾਬ ਪੱਧਰ ਤੇ ਕਾਂਗਰਸ ਦੀ ਜਿਹੜੀ ਸਥਿਤੀ ਤੋਂ ਉਹ ਚੰਗੀ ਤਰ੍ਹਾਂ ਜਾਣੂ ਨੇ। ਕੈਪਟਨ ਅਮਰਿੰਦਰ ਸਿੰਘ ਵੀ ਕਾਂਗਰਸ ਦੇ ਕਿਸ ਸਮੇਂ ਥੰਮ ਹੁੰਦੇ ਸੀ, ਉਹ ਵੀ ਬੀਜੇਪੀ 'ਚ ਨਹੀਂ। ਤੇ ਦੂਜੇ ਪਾਸੇ ਸੁਨੀਲ ਜਾਖੜ ਦਾ ਜਿਹੜਾ ਅਸਤਿਤਵ ਆ, ਜਾਂ ਅਸੀਂ ਕਹਿ ਸਕਦੇ ਕਿ ਜਿਹੜੀ ਉਹਨਾਂ ਦੀ ਸ਼ਖਸੀਅਤ ਆ, ਬੜੀ ਇੱਕ ਸੂਝਵਾਨ ਨੇਤਾ ਵਾਲੀ ਮੰਨੀ ਜਾਂਦੀ ਹੈ ਪੰਜਾਬ ਕਾਂਗਰਸ ਦੇ ਵਿੱਚ ਰਹੀ ਆ। ਖੈਰ, ਰਾਜਨੀਤਿਕ ਦਵੰਦ ਦੇ ਚੱਲਦਿਆਂ ਉਹ ਬੀਜੇਪੀ 'ਚ ਸ਼ਾਮਲ ਹੋ ਗਏ। ਪਰ ਜਿਸ ਤਰੀਕੇ ਨਾਲ ਉਹਨਾਂ ਨੇ ਕੱਲ੍ਹ ਇੱਕ ਇੰਟਰਵਿਊ ਚੈਨਲ ਦਾ ਗੱਲਬਾਤ, ਨਿੱਜੀ ਟੀਵੀ ਚੈਨਲ 'ਤੇ ਗੱਲਬਾਤ ਕਰਦਿਆਂ ਉਹਨਾਂ ਨੇ ਇਹ ਖੁਲਾਸੇ ਜਿਹੜੇ ਕੀਤੇ ਨੇ, ਬੜੇ ਅਹਿਮ ਗੱਲਾਂ ਉਹਨਾਂ ਨੇ ਕੀਤੀਆਂ। ਤੁਸੀਂ ਤਾਂ ਤੜਿੰਗ ਲੀਡਰਸ਼ਿਪ ਕੀ, ਉਹਨਾਂ ਨੇ ਹੰਕਾਰ ਵੀ ਸ਼ਬਦ ਵਰਤਿਆ, ਹੰਕਾਰੀ ਲੋਕ ਉਹਨਾਂ ਨੇ ਗੱਲ ਕੀਤੀ। ਹਰੀਸ਼ ਚੌਧਰੀ ਦਾ ਵੀ ਨਾਂ ਉਹਨਾਂ ਨੇ ਕਲੀਅਰ ਕੱਟ ਲਿਆ ਕਿ ਇਹੋ ਜਿਹੇ ਬੰਦੇ ਇੰਨੀ ਗੱਲ ਕਹਿ ਰਹੇ ਆ ਕਿ ਹਾਂ ਭਾਈ ਕਾਂਗਰਸ ਹਾਈਕਮਾਨ ਕੋਲ ਸਿੱਧੂ ਦੇ ਖਿਲਾਫ਼ ਕਾਰਵਾਈ ਕਰਨ ਦਾ ਪੂਰਨ ਅਧਿਕਾਰ ਹੈਗਾ, ਕਰ ਸਕਦੇ ਹੋ, ਚਿੱਠੀ ਵੀ ਪਈ ਹੈ, ਯੇ ਹੈ ਵੋ ਹੈ। ਉਸ ਤੋਂ ਬਾਅਦ ਸੁਨੀਲ ਜਾਖੜ ਨੇ ਜਿਹੜੀ ਸਥਿਤੀ ਤੁਸੀਂ ਬਿਆਨ ਕੀਤੀ, ਬੜੀ ਬਾਖੂਬੀ ਜਿਹੜੀ ਉਹਨਾਂ ਨੇ ਬਿਆਨ ਕੀਤੀ ਕਿ ਜੇਕਰ ਕਾਂਗਰਸ ਉਹਦੇ ਖਿਲਾਫ਼ ਕਾਰਵਾਈ ਕਰ ਸਕਦੀ ਹੈ ਤਾਂ ਫਿਰ ਉਹਦੇ ਕੋਲ ਵੀ ਹਨ ਆਪਸ਼ਨ, ਉਹਦੇ ਕੋਲ ਵੀ ਕਈ ਹੈਗੇ ਨੇ, ਉਹ ਜਾ ਸਕਦਾ ਬੀਜੇਪੀ 'ਚ ਵੀ ਜਾ ਸਕਦਾ, ਆਮ ਆਦਮੀ ਪਾਰਟੀ 'ਚ ਵੀ ਜਾ ਸਕਦਾ, ਕਿਉਂਕਿ ਉਹਨੇ ਵੀ ਰਾਜਨੀਤੀ ਕਰਨੀ ਆ। ਤੇ ਜਿਸ ਤਰੀਕੇ ਨਾਲ ਉਹਦੀ ਪ੍ਰੋਫਾਈਲ ਦਾ ਸੁਨੀਲ ਜਾਖੜ ਨੇ ਜ਼ਿਕਰ ਕੀਤਾ ਨਵਜੋਤ ਸਿੱਧੂ ਦਾ, ਤਾਂ ਸਾਫ਼ ਤੌਰ 'ਤੇ ਜ਼ਾਹਰ ਹੁੰਦਾ ਸੀ ਕਿ ਸੁਨੀਲ ਜਾਖੜ ਦੇ ਮਨ 'ਚ ਉਸਦੇ ਵਾਸਤੇ ਸਰਕਾਰ ਭਾਵਨਾ ਜਿਹੜੀ ਨਵਜੋਤ ਸਿੱਧੂ ਵਾਸਤੇ ਹੈਗੀ, ਜਿਸ ਤਰੀਕੇ ਨਾਲ ਉਹਨਾਂ ਨੇ ਗੱਲਬਾਤ ਕੀਤੀ। ਹੁਣ ਤੁਹਾਡਾ ਜਿਹੜਾ ਪ੍ਰਸ਼ਨ ਆ ਕਿ ਨਵਜੋਤ ਸਿੱਧੂ ਕਰੂਗਾ ਕੀ, ਜੇ ਮੰਨ ਲਓ ਕਿ ਕਾਂਗਰਸ ਹਾਈਕਮਾਨ, ਪਹਿਲੀ ਤਾਂ ਗੱਲ ਇਹ ਆ ਕਿ ਇਹ ਗੱਲ ਮੰਨਣ 'ਚ ਸੁਖਵਿੰਦਰ ਜੀ ਨਹੀਂ ਹੁੰਦੀ, ਕਿਉਂਕਿ ਇੱਕ ਪਾਸੇ ਤਾਂ ਹਾਈਕਮਾਨ ਦੇ ਮਹੱਤਵਪੂਰਨ ਪਿੱਲਰ ਜਿਹੜੇ ਨੇ ਪ੍ਰਿਅੰਕਾ ਗਾਂਧੀ, ਉਸ ਨਵਜੋਤ ਸਿੰਘ ਸਿੱਧੂ ਨੂੰ ਚਿੱਠੀ ਲਿਖ ਕੇ ਕੋਈ ਵੱਡੀ ਜ਼ਿੰਮੇਵਾਰੀ ਦੇਣ ਦੀ ਗੱਲ ਕਰਦੇ ਆ। ਉਹ ਚਿੱਠੀ ਸੱਜਣਾ ਮਿੱਤਰਾਂ ਨੇ ਵੇਖੀ ਵੀ ਆ, ਖੈਰ ਹਰੀ ਚੌਧਰੀ ਕਹਿੰਦਾ ਮੈਂ ਨਹੀਂ ਵੇਖੀ, ਨਹੀਂ ਵੇਖੀ ਹੋਏਗੀ, ਪਰ ਜਿਨ੍ਹਾਂ ਨੇ ਵੇਖੀ ਉਹ ਪੁਖਤਾ ਦਾਅਵੇ ਕਰਦੇ ਕਿ ਹੈਗੀ ਹੈ ਜੀ ਇਹ ਗੱਲ ਹੋਈ ਹੈ। ਫਿਰ ਉਸ ਸਥਿਤੀ ਦੇ ਵਿੱਚ ਇਹ ਜਿਹੜਾ ਬਿਆਨ ਜਿਹੜਾ ਆਉਣਾ ਹਰੀ ਚੌਧਰੀ ਉਹ ਪਈ ਆ ਜੀ ਚਿੱਠੀ ਜਿਹੜੀ ਅਸੀਂ ਸ਼ਿਕਾਇਤ ਕੀਤੀ ਸੀ, ਠੀਕ ਆ। ਫਿਰ ਇਹ ਵੇਖਿਆ ਜਾਵੇਗਾ ਕਿ ਅੱਜ ਤੋਂ 9 ਮਹੀਨੇ ਪਹਿਲਾਂ ਭੇਜੀ ਚਿੱਠੀ ਦਾ ਜ਼ਿਆਦਾ ਅਰਥ ਆ ਤੇ ਜਾਂ ਜਿਹੜੀ ਇੱਕ ਤਾਜ਼ੀ ਚਿੱਠੀ ਆਈ ਹੈ ਪ੍ਰਿਅੰਕਾ ਗਾਂਧੀ ਦੀ, ਚਿੱਠੀ ਦਾ ਮੁੱਲ ਆ, ਇਹ ਵੀ ਵੇਖਣਾ ਪਏਗਾ ਕਿ ਮਲਕਾ ਰਾਜਨ ਖੜਗੇ ਕਿਸ ਚਿੱਠੀ ਨੂੰ ਪ੍ਰੈਫਰ ਕਰਦਾ, ਕਿ ਮਲਕਾ ਰਾਜਨ ਖੜਗੇ ਦੇ ਵਿੱਚ ਇੰਨੀ ਹਿੰਮਤ ਹੈਗੀ ਆ ਕਿ ਪ੍ਰਿਅੰਕਾ ਗਾਂਧੀ ਵੱਲੋਂ ਭੇਜੀ ਚਿੱਠੀ ਨੂੰ ਉਹ ਦਰਕਿਨਾਰ ਕਰਦਿਆਂ ਹੋਇਆ ਪੁਰਾਣੀ ਚਿੱਠੀ ਦੇ ਆਧਾਰ ਤੇ ਨਵਜੋਤ ਸਿੱਧੂ ਦੇ ਖਿਲਾਫ਼ ਕਾਰਵਾਈ ਕਰਦੇ। ਪਹਿਲੀ ਗੱਲ ਤੇ ਹਰੀ ਚੌਧਰੀ ਦੀ ਬੜੀ ਦੂਰ ਦੀ ਗੱਲ, ਮਲਕਾ ਰਾਜਨ ਖੜਗੇ ਕੀ ਇਸ ਕਰਨ ਦੇ ਸਮਰੱਥ ਹੈਗਾ ਜਿਹੜਾ ਗਾਂਧੀ ਪਰਿਵਾਰ ਦੀ ਬਦੌਲਤ ਜਾਂ ਉਹਨਾਂ ਦੇ ਆਸ਼ੀਰਵਾਦ ਸਦਕਾ ਹੀ ਪ੍ਰਧਾਨ ਬਣਿਆ ਹੋਵੇ? ਪਹਿਲਾ ਸਵਾਲ ਤਾਂ ਇੱਥੇ ਪ੍ਰਸ਼ਨ ਚਿੰਨ੍ਹ ਜਿਹੜਾ ਲੱਗਦਾ।
ਚਲੋ ਮੰਨ ਲਓ 100 ਦੇ ਵਿੱਚੋਂ ਮੰਨ ਲਓ ਕਿ 1% ਇਸ ਤਰ੍ਹਾਂ ਦਾ ਚਾਂਸ ਹੋ ਸਕਦਾ ਕਿ ਹਰੀ ਚੌਧਰੀ ਦੀ ਚੱਲ ਜੇ ਮਲਕਾ ਰਾਜਨ ਖੜਗੇ ਨੂੰ ਕਹਿ ਕੇ ਨਵਜੋਤ ਸਿੱਧੂ ਦੇ ਖਿਲਾਫ ਕਾਰਵਾਈ ਕਰਾ ਦਿੰਦੇ। ਚਲੋ ਜੀ ਨਵਜੋਤ ਸਿੱਧੂ ਬਾਹਰ ਆ ਗਿਆ 26 ਜਨਵਰੀ ਤੋਂ ਬਾਅਦ, ਪਰ ਜਿਹੜਾ ਉਹਦੇ ਨਾਲ ਧੜਾ ਆ ਇਸ ਵੇਲੇ ਜਿਹੜੇ ਸ਼ਮਸ਼ੀਰ ਸਿੰਘ ਦੂਲੋ, ਕਈ ਨਾਮ ਮਹਿੰਦਰ ਸਿੰਘ ਕੇਪੀ, ਮਨੀਸ਼ ਤਿਵਾੜੀ, ਕਈ ਬੰਦੇ ਉਹਨੂੰ ਜਿਹੜੇ ਮਿਲ ਕੇ ਆ ਰਹੇ ਆ ਜਾਂ ਉਹਦੇ ਨਾਲ ਮੁਲਾਕਾਤਾਂ ਕਰ ਰਹੇ ਆ। ਜਿਸ ਤਰ੍ਹਾਂ ਸੁਨੀਲ ਜਾਖੜ ਨੇ ਵੀ ਕਿਹਾ ਕਿ ਬੜਿਆਂ ਲੋਕਾਂ ਦਾ ਉਹਨਾਂ ਦਾ ਸੰਬੰਧ ਨਹੀਂ, ਮਨਪ੍ਰੀਤ ਸਿੰਘ ਬਾਦਲ ਵੀ, ਜੇਕਰ ਨਵਜੋਤ ਸਿੱਧੂ ਨੂੰ ਪਾਰਟੀ ਹਾਈਕਮਾਨ ਕੱਢ ਦਿੰਦੀ ਹੈ ਨਵਜੋਤ ਸਿੱਧੂ ਘਰ ਬਹਿ ਜਾਂਦਾ, ਬਾਕੀ ਇਹ ਜਿਹੜੇ ਬੰਦੇ ਹੋਣਗੇ ਇਹ ਨਵਜੋਤ ਸਿੱਧੂ ਨਾਲ ਜਿਹੜੇ ਉਸ ਦੌਰ 'ਚ ਖੜੇ ਨੇ ਜਦੋਂ ਉਹ ਬਿਲਕੁਲ ਆਪਣੀ ਐਕਟੀਵਿਟੀ ਬੰਦ ਕਰਕੇ ਜੇਲ੍ਹ 'ਚ ਬੈਠਾ, ਤਾਂ ਫਿਰ ਕੀ ਉਹ ਬੰਦੇ ਕਾਂਗਰਸ ਦੇ ਨਾਲ ਰਹਿਣਗੇ? ਉਹ ਆਪ ਹੀ ਕਾਂਗਰਸ ਨੂੰ ਛੱਡ ਕੇ ਨਵਜੋਤ ਸਿੱਧੂ ਨਾਲ ਨਾ ਚਲੇ ਜਾਣਗੇ? ਦੂਜਾ ਪ੍ਰਸ਼ਨ ਇਹ ਵੀ ਹੈਗਾ। ਫਿਰ ਨਵਜੋਤ ਸਿੱਧੂ ਕਾਂਗਰਸ ਦੇ ਵਿੱਚ, ਪੰਜਾਬ ਦੇ ਵਿੱਚ ਕਾਂਗਰਸ ਵਾਸਤੇ ਵੱਡੀ ਸਿਰਦਰਦੀ ਬਣ ਜਾਊਗਾ ਜਦੋਂ ਕਾਂਗਰਸ ਦੇ ਵਿੱਚੋਂ ਹੀ ਅੱਧੇ ਬੰਦੇ ਤਾਂ ਪਹਿਲਾਂ ਹੀ ਛੱਡ ਕੇ ਜਾ ਚੁੱਕੇ ਆ, ਤੇ ਜਿਹੜੇ ਬਾਕੀ ਹੈਗੇ ਉਹ ਵੀ ਜੇਕਰ ਨਵਜੋਤ ਸਿੱਧੂ ਦੇ ਨਾਲ ਜਾ ਰਲਦੇ ਆ ਤਾਂ ਫਿਰ ਕਾਂਗਰਸ ਦਾ ਕੀ ਭਵਿੱਖ ਆ? ਤੀਸਰੀ ਗੱਲ, ਹੁਣ ਜੇਕਰ ਸੁਨੀਲ ਜਾਖੜ ਦੀ ਗੱਲ ਦਾ ਜਵਾਬ ਦੇ ਦਈਏ, ਜੇ ਉਹਨੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣਾ ਜਾਂ ਫਿਰ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣਾ, ਤਾਂ ਉਹਨੂੰ ਉਹਦਾ ਫਾਇਦਾ ਕੀ? ਉਹਨੇ ਤਾਂ ਮੁੱਖ ਮੰਤਰੀ, ਜਿਸ ਤਰ੍ਹਾਂ ਕਹਿੰਦੇ ਕਿ ਉਹ ਮੁੱਖ ਮੰਤਰੀ ਬਣਨ ਕਰਕੇ ਹੀ ਰੇੜਕਾ ਪਾਇਆ, ਫਿਰ ਉਹ ਮੁੱਖ ਮੰਤਰੀ ਬਣ ਕੇ ਫਿਰ ਤੀਜਾ ਫਰੰਟ ਬਣਾਊਗਾ ਪੰਜਾਬ ਦੇ ਵਿੱਚ, ਤੀਜਾ ਫਰੰਟ ਬਣਾਊਗਾ ਕਿਉਂਕਿ ਲੜਾਈ ਤਾਂ ਉਹਦੀ ਬਤੌਰ ਪਾਰਟੀ ਆਮ ਆਦਮੀ ਪਾਰਟੀ ਦੇ ਨਾਲ ਵੀ ਆ, ਬੀਜੇਪੀ ਦੇ ਨਾਲ। ਹੁਣ ਬੀਜੇਪੀ 'ਚ ਕਿਸ ਤਰ੍ਹਾਂ ਜਾਊਗਾ ਜਿੱਥੇ ਕੈਪਟਨ ਅਮਰਿੰਦਰ ਸਿੰਘ ਅੱਗੇ ਬੈਠਾ, ਤੇ ਦੂਜੇ ਪਾਸੇ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਜਾਂ ਬਿਕਰਮ ਮਜੀਠੀਆ ਦੇ ਨਾਲ ਕਿਸ ਤਰੀਕੇ ਨਾਲ ਉਹਨਾਂ ਦੇ ਸੰਬੰਧ ਨੇ ਸਾਰੀ ਪੰਜਾਬ ਦੇ ਲੋਕ ਜਾਣਦੇ ਨੇ, ਤਾਂ ਫਿਰ ਨਵਜੋਤ ਸਿੱਧੂ ਉਹਨਾਂ ਪਾਰਟੀ 'ਚ ਜਾ ਕੇ ਫਿਰ ਕਾਹਦੇ ਵਾਸਤੇ ਆਪਣੇ ਅਸਤਿਤਵ ਨੂੰ ਖੋਰਾ ਲਾਊਗਾ? ਉਹ ਫਿਰ ਇੱਕ ਤੀਜਾ ਫਰੰਟ ਬਣਾਊਗਾ, ਇੱਕ ਤੀਜੀ ਖੇਤਰੀ ਪਾਰਟੀ ਬਣਾਊਗਾ, ਕਿਉਂਕਿ ਅਕਾਲੀ ਦਲ ਜਿਸ ਤਰੀਕੇ ਨਾਲ ਖੋਰਾ ਲੱਗਦਾ ਜਾ ਰਿਹਾ ਜਾਂ ਜਿਸ ਤਰੀਕੇ ਨਾਲ ਬੀਜੇਪੀ ਨੇ ਉਹਦੇ ਵਿੱਚ ਸੰਨ ਲਾਈ ਆ ਸਿੱਖ ਮੁੱਦਿਆਂ ਨੂੰ ਲੈ ਕੇ, ਤੇ ਇੱਕ ਉਹ ਖੇਤਰੀ ਪਾਰਟੀ ਜਿਹੜੀ ਹੌਲੀ ਹੌਲੀ ਆਪਣੇ ਹਾਸ਼ੀਏ ਤੋਂ ਬਾਹਰ ਹੁੰਦੀ ਜਾ ਰਹੀ ਹੈ, ਇਸ ਸਥਿਤੀ ਦਾ ਨਵਜੋਤ ਸਿੱਧੂ ਕਿਉਂ ਨਾ ਫਾਇਦਾ ਉਠਾਊਗਾ? ਉਹ ਬਾਹਰ ਆਣ ਕੇ ਇੱਕ ਤੀਜਾ ਧੜਾ, ਇੱਕ ਤੀਸਰਾ ਫਰੰਟ ਤਿਆਰ ਕਰ ਲਏ, ਖੇਤਰੀ ਪਾਰਟੀ ਤਿਆਰ ਕਰ ਲਈ, ਨਾ ਹਾਈਪੋਥੀਸਿਸ ਦੀ ਗੱਲ ਕਰ ਰਹੇ ਹਾਂ, ਮੰਨ ਲਓ ਕਿ ਜਿਸ ਤਰੀਕੇ ਨਾਲ ਇਹ ਗੱਲ ਕਹਿੰਦੇ ਆ। ਸੋ ਸੁਖਵਿੰਦਰ ਜੀ, ਇਹ ਸਥਿਤੀਆਂ ਫਿਰ ਉਹਦੇ ਵਾਸਤੇ ਵੀ ਆਪਸ਼ਨ ਬੜੇ ਖੁੱਲ੍ਹੇ ਨੇ, ਤੇ ਇਹੋ ਜਿਹੀ ਸਥਿਤੀ ਦੇ ਵਿੱਚ ਜਦੋਂ ਕਾਂਗਰਸ ਡੁੱਬਦੇ ਆ ਸਾਵਾਂ ਤੇ, ਇੱਕ ਡੁੱਬਦੇ ਜਹਾਜ਼ ਪੂਰੀ ਤਰ੍ਹਾਂ ਡੁੱਬ ਚੁੱਕੀ ਆ, ਜਿੱਥੇ ਇੱਕ ਪਾਸੇ ਉਸਨੂੰ ਬੀਜੇਪੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਘੇਰਨ ਨੂੰ ਤਿਆਰ ਆ, ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਉਹਨੂੰ ਘੇਰਨ ਨੂੰ ਤਿਆਰ ਆ, ਤੇ ਤੀਜੇ ਪਾਸੇ ਨਵਜੋਤ ਸਿੱਧੂ ਆਪਣਾ ਫਰੰਟ ਤਿਆਰ ਕਰਕੇ ਕਾਂਗਰਸ ਨੂੰ ਫਿਰ ਜੀਓ ਕਰ ਦੇਣਗੇ, ਕਾਂਗਰਸ ਜਿਹੜੀ ਉੱਤੇ 2024 ਦੀਆਂ ਚੋਣਾਂ ਦੇ ਵਿੱਚ ਆਪਣਾ ਰਾਜਭਾਗ ਸੰਭਾਲਣ ਦੀ ਤਿਆਰੀ ਕਰ ਰਹੀ ਆ। ਜੇਕਰ ਨਵਜੋਤ ਸਿੱਧੂ ਵੀ ਇੱਕ ਆਪਣੀ ਪਾਰਟੀ ਖੇਤਰੀ ਪਾਰਟੀ ਬਣਾਉਣੇ, ਤਾਂ ਪੰਜਾਬ 'ਚ ਕਾਂਗਰਸ ਦੀ ਫਿਰ ਸਥਿਤੀ ਕੀ ਹੋਊਗੀ? ਜਿਹੜੇ ਬੰਦੇ 2 ਜਾਂ 3 ਬੰਦੇ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਜਾਂ ਰਾਜਾ ਵੜਿੰਗ ਦੇ ਸਿਰ ਤੇ, ਫਿਰ ਇਹ ਪੰਜਾਬ ਦੇ ਵਿੱਚ ਕੀ ਕਾਂਗਰਸ ਫਿਰ ਆਪਣਾ ਆਧਾਰ ਬਣਾ ਸਕੂਗੀ? ਇਹ ਵੀ ਪ੍ਰਸ਼ਨ ਬਣਦਾ ਕਿ ਜੇਕਰ ਜਾਣ ਬੁੱਝ ਕੇ ਇੱਕ ਤੀਜੀ ਪਾਰਟੀ ਨੂੰ ਕਹਿਣ ਦਾ ਭਾਵ, ਇਹ ਅਣਖੀ ਸਾਹਿਬ ਕਿ ਜਿਹੜੀ ਸਥਿਤੀਆਂ ਨੇ ਜਿਹੜੀਆਂ ਤੁਸੀਂ ਬਿਆਨ ਕੀਤੀਆਂ, ਉਹਨਾਂ ਸਥਿਤੀਆਂ ਦੇ ਮੁਤਾਬਕ ਸਿੱਧੂ ਬੀਜੇਪੀ ਜਾਂ ਆਪ ਚ ਜਾਣ ਦੀ ਬਜਾਏ ਜਿਹੋ ਜਿਹੀ ਲੋਕ ਉਹਦੇ ਤੋਂ ਉਮੀਦ ਕਰ ਰਹੇ ਆ ਕਿ ਅਕਾਲੀ ਦਲ ਦੇ ਥੋੜਾ ਜਿਹਾ ਨਿਗਾਰ ਵਾਲੇ ਪਾਸੇ ਜਾਣ ਤੋਂ ਬਾਅਦ ਜਿਹੜੀ ਖੇਤਰੀ ਪਾਰਟੀ ਦਾ ਜਿਹੜਾ ਜਿਹੜਾ ਸਪੇਸ ਬਣਿਆ ਤੇ ਉਸ ਸਪੇਸ ਨੂੰ ਵਰਤ ਸਕਦੇ ਆ ਔਰ ਉਹ ਖੇਤਰੀ ਪਾਰਟੀ ਬਣਾ ਸਕਦੇ ਹੋਣਗੇ ਜੇ ਏਦਾਂ ਹੁੰਦਾ। ਪਹਿਲੀ ਤਾਂ ਗੱਲ ਹੈ ਕਿ ਏਦਾਂ ਹੋਵੇਗਾ ਜਾਂ ਨਹੀਂ ਹੋਵੇਗਾ ਇਹ ਤਾਂ ਸਮਾਂ ਦੱਸੇਗਾ, ਪਰ ਜਿਹੋ ਜਿਹੀਆਂ ਸਥਿਤੀਆਂ ਜਾਖੜ ਸਾਹਿਬ ਨੇ ਬਿਆਨ ਕੀਤੀਆਂ ਕਿ ਬੀਜੇਪੀ ਜਾਂ ਫਿਰ ਆਪਾਂ ਕਹੀਏ ਕਿ ਆਮ ਆਦਮੀ ਪਾਰਟੀ ਵਾਲੇ ਇਹਨਾਂ ਵਾਲੇ ਪਾਸੇ ਜਾਣ ਨਾਲੋਂ ਵੱਖਰਾ ਫਰੰਟ ਤਿਆਰ ਕਰਨਗੇ ਨਵਜੋਤ ਸਿੰਘ ਸਿੱਧੂ ਜੇ ਇਹੋ ਜਿਹੀਆਂ ਸਥਿਤੀਆਂ ਬਣਦੀਆਂ। ਹਾਂ ਬਿਲਕੁਲ, ਮੇਰੀ ਅਗਲੀ ਗੱਲ ਸੀ ਤੇ ਫਿਰ ਇਹੋ ਜਿਹੀ ਸਥਿਤੀ ਦੇ ਵਿੱਚ ਕਾਂਗਰਸ ਪਾਰਟੀ ਕਿਉਂ ਉਹਨੂੰ ਬਾਹਰ ਕੱਢੂਗੀ? ਕਿ ਇੱਕ ਬੰਦਾ ਜਿਹੜਾ ਉਹਨਾਂ ਦੇ ਨਾਲ ਤੁਰਿਆ ਉਹਨੂੰ ਆਪ ਹੀ ਆਪਣਾ ਸਿਆਸੀ ਸ਼ਰੀਕ ਬਣਾ ਕੇ ਕਿਉਂ ਪੇਸ਼ ਕਰਨਾ? ਕਿਉਂਕਿ ਅੱਜ ਦੇ ਸਮੇਂ 'ਚ, ਮੈਂ ਪਹਿਲਾਂ ਵੀ ਗੱਲ ਕੀਤੀ, ਅੱਜ ਦੇ ਸਮੇਂ ਵਿੱਚ ਨਵਜੋਤ ਸਿੱਧੂ ਨੂੰ ਸ਼ਾਇਦ ਕਾਂਗਰਸ ਦੀ ਓਨੀ ਲੋੜ ਨਹੀਂ ਹੈਗੀ ਜਿੰਨੀ ਕਾਂਗਰਸ ਦੀ ਨਵਜੋਤ ਸਿੱਧੂ ਨੂੰ ਹੈਗੀ ਹੈ। ਹਰੀ ਚੌਧਰੀ ਦਾ ਕੀ ਨਾਮ ਹੈ? ਹਰੀ ਚੌਧਰੀ ਕਿੰਨਾ ਚਿਰ ਚੱਲੂਗਾ? ਹਰੀ ਚੌਧਰੀ ਨੇ ਅਖੀਰ ਆਫਟਰ ਆਲ ਕਿਸੇ ਨਾ ਕਿਸੇ ਦਿਨ ਆਪਣੇ ਰਾਜਸਥਾਨ ਦੇ ਵਿੱਚ ਉਹਨੇ ਜਾਣਾ ਹੀ ਜਾਣਾ। ਨਵਜੋਤ ਸਿੱਧੂ ਪੰਜਾਬ ਦਾ ਲੀਡਰ ਹੈ, ਪੰਜਾਬ ਦੇ ਉੱਤੇ ਸਿਆਸਤ ਕਰਨੀ ਆ, ਇਸ ਧਰਤੀ ਤੇ ਕਾਂਗਰਸ ਨੂੰ ਜਿਹੜੀ ਆ ਨਵਜੋਤ ਸਿੱਧੂ ਦੀ ਲੋੜ ਹੈਗੀ ਆ। ਉਹਨਾਂ ਰਾਜਾ ਵੜਿੰਗ ਨੂੰ ਵੀ ਵੇਖ ਲਿਆ, ਰਾਜਾ ਵੜਿੰਗ ਦੇ ਸੰਬੰਧੀ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਬੋਲਦੇ ਰਹੇ ਨੇ, ਅੱਜ ਸੁਨੀਲ ਜਾਖੜ ਨੇ ਵੀ ਉਸੇ ਤਰੀਕੇ ਨਾਲ ਜਿਹੜੀ ਆਪਣੇ ਇੰਟਰਵਿਊ 'ਚ ਆਲੋਚਨਾ ਕੀਤੀ, ਬੇਸ਼ੱਕ ਨਾਮ ਨਹੀਂ ਲਿਆ ਪਰ ਵੜਿੰਗ ਤਣੇ ਕੇ ਜੋ ਕਹਿ ਹੀ ਦਿੱਤਾ, ਤਾਂ ਬਹੁਤ ਕੁਝ ਉਹਨਾਂ ਨੇ ਵੀ ਸਪਸ਼ਟ ਕਰ ਦਿੱਤਾ। ਤੇ ਜਿਹੜੀ ਉੱਪਰ ਦੀ ਹਾਈ ਕਮਾਨ ਆ ਉਹ ਵੀ ਪੰਜਾਬ ਦੀਆਂ ਇਸ ਵੇਲੇ ਕਾਂਗਰਸ ਦੀਆਂ ਸਰਗਰਮੀਆਂ ਤੇ ਨਜ਼ਰ ਰੱਖਦੀ ਪਈ ਆ। ਸੁਖਵਿੰਦਰ ਜੀ, ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਜਿਹੜੇ ਬਿਆਨ ਇਹੋ ਜਿਹੇ ਦਿੱਤੇ ਜਾਂਦੇ ਨੇ ਉਹ ਜਨਰਲੀ ਰਾਜਨੀਤੀ ਦਾ ਇਹੋ ਹਿੱਸਾ ਹੁੰਦਾ। ਮੈਂ ਕੱਲ੍ਹ ਵੀ ਗੱਲ ਕੀਤੀ ਸੀ ਜਾਂਦਿਆਂ ਕਿ ਤੁਸੀਂ 26 ਤਰੀਕ ਤੱਕ ਦਾ ਇੰਤਜ਼ਾਰ ਕਰੋ, 26 ਜਨਵਰੀ ਤੱਕ ਦਾ। ਅੱਜ ਹਰੀ ਚੌਧਰੀ ਪ੍ਰਧਾਨ ਨੇ ਕੀ ਪਤਾ, ਮਾਫ਼ ਕਰਦਾ ਇੰਚਾਰਜ ਨੇ ਕੀ ਪਤਾ 26 ਜਨਵਰੀ ਤੱਕ ਉਹ ਇੰਚਾਰਜ ਰਹਿਣੀ ਨਾ,
ਕੀ ਪਤਾ ਉਸ ਤੋਂ ਪਹਿਲਾਂ ਜੇਲ੍ਹ ਦੇ ਆਉਣ ਤੋਂ ਪਹਿਲਾਂ ਪਹਿਲਾਂ ਕਾਂਗਰਸ ਦੇ ਵਿੱਚ ਵੱਡੇ ਪੱਧਰ ਤੇ ਕੋਈ ਤਬਦੀਲੀ ਹੋ ਜਾਏ, ਜਿਸ ਤਰੀਕੇ ਦੀਆਂ ਚਿੱਠੀਆਂ ਦੀ ਲੋਕ ਗੱਲ ਕਰਦੇ ਆ ਜਾਂ ਜਿਸ ਤਰੀਕੇ ਦੀ ਚਿੱਠੀ ਉਹ ਆਈ ਆ, ਉਹ ਚਿੱਠੀ ਬੇਬੁਨਿਆਦ ਤਾਂ ਚਿੱਠੀ ਹੋ ਨਹੀਂ ਸਕਦੀ, ਤੱਥਾਂ ਤੋਂ ਆਧਾਰ ਤੇ ਗਲਤ ਹੋ ਨਹੀਂ ਸਕਦੀ। ਜੇਕਰ ਗੱਲ ਉੱਡੀ ਆ ਤਾਂ ਕੁਝ ਲੋਕ ਜਿਸ ਤਰ੍ਹਾਂ ਦਾਅਵਾ ਕਰਦੇ ਕਿ ਚਿੱਠੀ ਵੇਖੀ ਹੈ ਤਾਂ ਫਿਰ ਸੁਖਵਿੰਦਰ ਜੀ 26 ਤਰੀਕ ਤੱਕ ਤਾਂ ਸਥਿਤੀ ਸਪਸ਼ਟ ਹੀ ਸਪਸ਼ਟ ਆ ਕਿ ਨਵਜੋਤ ਸਿੱਧੂ ਬਾਹਰ ਆਏਗਾ। ਬਾਹਰ ਆਉਣ ਤੋਂ ਬਾਅਦ ਉਹਦੇ ਨਾਲ ਜਿਸ ਤਰੀਕੇ ਨਾਲ ਲੋਕਾਂ ਦਾ ਮੇਲਜੋਲ ਵੱਧ ਰਿਹਾ, ਜੇਲ੍ਹ ਦੇ ਵਿੱਚ ਕੱਲ੍ਹ ਵੀ ਮੁਲਾਕਾਤਾਂ ਹੋਈਆਂ, ਪਰਸੋਂ ਵੀ ਹੋਈਆਂ, ਤਾਂ ਉਹਨਾਂ ਸਥਿਤੀਆਂ 'ਚ ਸੁਖਵਿੰਦਰ ਜੀ ਕਿਹੜੀ ਪਾਰਟੀ ਚਾਹੇਗੀ ਕਿ ਇੱਕ ਨਵਜੋਤ ਸਿੱਧੂ ਵਰਗਾ ਲੀਡਰ ਜਿਹੜਾ ਉਹਨਾਂ ਦੇ ਹੱਥੋਂ ਚਲਾ ਜਾਵੇ? ਉਹ ਅੱਜ ਬੀਜੇਪੀ 'ਚ ਜਾਣ ਤਾਂ ਬੀਜੇਪੀ ਵੀ ਅੱਜ ਵੀ ਉਹਨਾਂ ਨੂੰ ਲੈ ਸਕਦੀ? ਹਾਂ, ਚਲੋ ਬੀਜੇਪੀ 'ਚ ਜਾਣਗੇ ਤਾਂ ਨਹੀਂ, ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਦੇ ਸਿਆਸੀ ਵਿਰੋਧੀ ਕੈਪਟਨ ਅਮਰਿੰਦਰ ਸਿੰਘ ਉੱਥੇ ਬੈਠੇ ਆ। ਬਾਕੀ ਸੁਖਵਿੰਦਰ ਜੀ, ਦੂਜੇ ਪਾਸੇ ਇਹ ਵੀ ਗੱਲ ਆ ਕਿ ਰਾਜਨੀਤੀ 'ਚ ਵਿੱਚ ਪੱਕਾ ਨਾ ਕੋਈ ਸਦੀਵੀ ਦੁਸ਼ਮਣ ਹੁੰਦਾ ਅਤੇ ਨਾ ਕੋਈ ਪੱਕਾ ਦੋਸਤ ਹੁੰਦਾ। ਬੜਾ ਕੁਝ ਇਹੋ ਜਿਹਾ ਆਪਾਂ ਵੇਖ ਲਿਆ ਅਕਾਲੀ ਦਲ 'ਚ, ਵੇਖ ਲਓ ਕਿ ਪਰਮਜੀਤ ਸਰਨਾ ਅਤੇ ਸੁਖਬੀਰ ਸਿੰਘ ਬਾਦਲ ਇੱਕ ਦੂਜੇ ਨੂੰ ਗਾਲਾਂ ਕੱਢਦੇ ਸਨ ਆਪਸ ਦੇ ਵਿੱਚ, ਮਤਲਬ ਪੰਜਾਬੀ ਦੇ ਵਿੱਚ ਇੱਕ ਕੁੱਤੇ ਦਾ ਜਿਹੜਾ ਵੈਰ ਸੀ। ਹੁਣ ਉਹ ਹੀ ਜਿਹੜੇ ਨੇ ਇੱਕੋ ਫਰੰਟ 'ਤੇ ਜੱਫੀਆਂ ਪਾਈ ਨਜ਼ਰ ਆਉਂਦੇ ਨੇ, ਉਹ ਤੂੰ ਮੇਰਾ ਭਰਾ ਮੈਂ ਤੇਰਾ ਭਰਾ। ਸੁਖਬੀਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਕਿਹੋ ਜਿਹੇ 2002 'ਚ ਸੰਬੰਧ ਸੀ, ਬਾਅਦ ਵਿੱਚ ਉਹ ਹੀ ਚਾਚਾ ਭਤੀਜਾ ਬਣ ਗਏ। ਰਾਜਨੀਤੀ 'ਚ ਬਹੁਤ ਕੁਝ ਇੱਦਾਂ ਦਾ ਹੁੰਦਾ ਜਿਹਦੇ ਬਾਰੇ ਕਿਆਸੇ ਲਾਉਣੇ ਜਿਹੜੇ ਬੜੇ ਮੁਸ਼ਕਲ ਹੁੰਦੇ ਨੇ। ਇਹ ਵੀ ਹੋ ਸਕਦਾ ਕਿ 26 ਜਨਵਰੀ ਨੂੰ ਜਦੋਂ ਨਵਜੋਤ ਸਿੱਧੂ ਨੇ ਬਾਹਰ ਆਉਣਾ, ਸਭ ਤੋਂ ਪਹਿਲਾਂ ਹਾਰ ਪਾਉਣ ਵਾਲਿਆਂ ਦੇ ਵਿੱਚ ਹਰੀ ਚੌਧਰੀ ਹੋਵੇ। ਸਥਿਤੀਆਂ ਦਾ ਕੋਈ ਪਤਾ ਨਹੀਂ ਹੁੰਦਾ ਕਿ ਕਿਸ ਵਕਤ ਕਿਹੋ ਜਿਹੀ ਸਥਿਤੀਆਂ ਬਣ ਜਾਣ। ਬਾਕੀ ਇਹ ਗੱਲ ਪੱਕੀ ਆ ਕਿ ਜਿਹੜੀ ਸਥਿਤੀ ਬਿਆਨ ਕੀਤੀ, ਕਾਂਗਰਸ ਨੂੰ ਨਵਜੋਤ ਸਿੱਧੂ ਦੀ ਲੋੜ ਆ, ਨਾ ਕਿ ਨਵਜੋਤ ਸਿੱਧੂ ਨੂੰ ਕਾਂਗਰਸ ਦੀ। ਇਹ ਬਾਕੀ ਹੁਣ ਸਮਾਂ 26 ਜਨਵਰੀ ਨੂੰ ਪੂਰੇ ਤੌਰ ਤੇ ਸਾਫ਼ ਸਪਸ਼ਟ ਜਿਹੜਾ ਆਪਣਾ ਪੱਤੇ ਜਿਹੜਾ ਸਮਾਂ ਖੁੱਲੇਗਾ ਉਸ ਦਿਨ ਕਿ ਅਗਲੀ ਕਾਂਗਰਸ ਦੇ ਵਿੱਚ ਬਣਦਾ ਕੀ ਹੈ। ਜੀ ਚਲੋ ਆਪਾਂ ਅਗਲੀ ਖਬਰ ਜਿਹੜੀ ਹੈ ਉਹ ਕਰ ਲੈਂਦੇ ਹਾਂ। ਅਗਲੀ ਖਬਰ ਕਰੋਨਾ ਨੂੰ ਲੈ ਕੇ, ਕਰੋਨਾ ਦੇ ਮੱਦੇਨਜ਼ਰ ਹੈ ਕੀ ਅਪਡੇਟ ਹੈ? ਐਂਡ ਕਿ ਸਭ ਕੱਲ੍ਹ ਵੀ ਆਪਾਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਸੀ ਕਿ ਤਾਜ਼ਾ ਅਪਡੇਟ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਹੈ ਕੀ ਹੈ, ਕਿ ਕੋਈ ਰਾਹਤ ਵਾਲੀ ਖਬਰ ਹੈ ਜਾਂ ਫਿਰ ਦੁਬਾਰਾ ਕੋਈ ਪਾਬੰਦੀਆਂ ਜਾਂ ਕੋਈ ਹੋਰ ਚੀਜ਼ਾਂ ਲੱਗ ਸਕਦੀਆਂ? ਸੁਖਵਿੰਦਰ ਜੀ, ਕੋਰੋਨਾ ਦੀ ਜਿਹੜੀ ਤਾਜ਼ਾ ਸਥਿਤੀ ਆ, ਵੈਰੀਐਂਟ ਜਿਹੜਾ ਚੌਥਾ ਉਹ ਵੱਧ ਰਿਹਾ, ਚਾਈਨਾ ਦੇ ਵਿੱਚ ਵੀ ਕੇਸ ਜਿਹੜੇ ਨੇ ਉਹ ਵਧੇ ਨੇ, ਤੇ ਅਜੇ ਭਾਰਤ ਦੇ ਵਿੱਚ 1 ਜਾਂ 2 ਜਿਹੜੇ ਕੇਸਿਸ ਜਿਹੜੇ ਨੇ ਉਹ ਵੇਖਣ 'ਚ ਆਏ ਨੇ, ਜਿਹੜੇ ਬਾਹਰ ਦੇ ਯਾਤਰੀ ਜਿਹੜੇ ਆਏ ਨੇ। ਬਾਕੀ ਜੇਕਰ ਕੋਰੋਨਾ ਦੇ ਪਾਬੰਦੀਆਂ ਦੀ ਸੰਬੰਧੀ ਗੱਲ ਕਰੀਏ ਤਾਂ ਅਜੇ ਤੱਕ ਕੋਈ ਵੀ ਅਜਿਹੀ ਐਡਵਾਇਜ਼ਰੀ ਸਿਹਤ ਮੰਤਰਾਲੇ ਵੱਲੋਂ ਜਾਂ ਕੇਂਦਰ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਜਿਹੜੀ ਨਹੀਂ ਕੀਤੀ ਗਈ, ਨਾ ਹੀ ਕੋਈ ਪਾਬੰਦੀਆਂ ਲਾਉਣ ਦੀ ਗੱਲ ਕੀਤੀ ਗਈ। ਹਾਂ, ਮੌਕ ਡਰਿਲ ਰਾਹੀਂ ਇਹ ਸਾਫ਼ ਕੀਤਾ ਗਿਆ ਕਿ ਆਕਸੀਜਨ ਦੇ ਪ੍ਰਬੰਧ ਪੂਰੇ ਨੇ ਹਸਪਤਾਲਾਂ ਦੇ ਵਿੱਚ, ਸਥਿਤੀ ਨੂੰ ਨਜਿੱਠਣ ਵਾਸਤੇ ਤਿਆਰੀ ਪੂਰੀ ਆ। ਇਹਦੇ ਸੰਬੰਧੀ ਜਿਹੜੀ ਗੱਲਬਾਤ ਆ ਉਹ ਚੱਲਦੀ ਪਈ ਆ। ਪਾਬੰਦੀਆਂ ਵਾਲੀ ਗੱਲ ਜਾਂ ਲੋਕਡਾਊਨ ਵਾਲੀ ਗੱਲ ਕਹੀਏ, ਉਹ ਕੋਈ ਵੀ ਅਜਿਹੀ ਗੱਲ ਖੌਫ ਜ਼ਿਆਦਾ ਹੋਣ ਦੇ ਪੰਜਾਬ ਦੇ ਲੋਕਾਂ ਨੂੰ ਜਿਹੜੀ ਲੋੜ ਦੀ ਹੈ, ਸਾਡੇ ਦਰਸ਼ਕਾਂ ਨੂੰ ਕੋਈ ਵੀ ਅਜਿਹੀਆਂ ਪਾਬੰਦੀਆਂ ਨਹੀਂ ਲੱਗ ਰਹੀਆਂ ਜਿਹੜੀਆਂ ਮੌਜੂਦਾ ਦੌਰ ਦੇ ਵਿੱਚ। ਔਰ ਸਭ ਤੋਂ ਵੱਡੀ ਰਾਹਤ ਦੇਣ ਵਾਲੀ ਸੁਖਵਿੰਦਰ ਜੀ ਖਬਰ ਇਹ ਆ ਕਿ ਕੋਰੋਨਾ ਆ ਸਕਦਾ, ਖਾਸ ਤੌਰ 'ਤੇ ਜਨਵਰੀ ਦੇ ਵਿੱਚ ਉਸ 'ਤੇ ਕੇਸ ਵਧਣ ਦੇ ਆਸਾਰ ਹਨ। ਕੋਰੋਨਾ ਵਧੇਗਾ ਤੇਜ਼ੀ ਨਾਲ ਜਨਵਰੀ ਮਹੀਨੇ ਦੇ ਵਿੱਚ, ਪਰ ਜਿਹੜੀ ਰਾਹਤ ਵਾਲੀ ਖਬਰ ਉਹ ਇਹ ਆ ਕਿ ਇਸ ਦੇ ਨਾਲ ਜਿਸ ਤਰ੍ਹਾਂ ਪਿਛਲੇ ਦੌਰ 'ਚ ਪਹਿਲੀ ਲਹਿਰ ਜਾਂ ਦੂਜੀ ਲਹਿਰ 'ਚ ਮੌਤਾਂ ਹੋਣ ਦਾ ਖਦਸ਼ਾ ਸੀ, ਉਹੋ ਜਿਹਾ ਪਰਮਾਤਮਾ ਦੀ ਕਿਰਪਾ ਨਾਲ ਐਰਕਾ ਕੁਝ ਵੀ ਨਹੀਂ ਵਾਪਰ ਸਕਦਾ, ਕਿਉਂਕਿ ਜਿਸ ਤਰੀਕੇ ਨਾਲ ਵੈਕਸੀਨਾਂ ਜਿਹੜੀਆਂ ਲੱਗ ਚੁੱਕੀਆਂ ਨੇ ਬੜੇ ਵੱਡੇ ਪੱਧਰ 'ਤੇ, ਔਰ ਦੂਜੇ ਪਾਸੇ ਟੈਸਟਿੰਗ ਜਿਹੜੀ ਚੱਲ ਰਹੀ ਹੈ, ਅਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਜੇਕਰ ਐਰਕਾ ਇਹ ਚੌਥੀ ਲਹਿਰ ਜਿਹੜਾ ਵੇਰੀਐਂਟ ਆਉਂਦਾ, B7 ਕੋਈ ਇਸ ਤਰ੍ਹਾਂ ਦਾ ਨਾਮ ਆ, ਵੇਰੀਐਂਟ 7 ਕੋਈ ਇਸ ਤਰ੍ਹਾਂ ਦਾ ਨਾਮ ਆ, ਉਹਦੇ ਨਾਲ ਨਮੋਨੀਆ ਜਾਂ ਸਰੀਰ 'ਚ ਦਰਦ ਹੋਵੇਗਾ, ਉਸ ਤੋਂ ਇਲਾਵਾ ਕੋਈ ਵੱਡੇ ਪੱਧਰ 'ਤੇ ਕੋਈ ਵੀ ਅਜਿਹੇ ਲੱਛਣ ਜਿਹੜੇ ਉਹ ਸਰੀਰ ਦੇ ਵਿੱਚ ਨਹੀਂ ਹੋਣਗੇ ਜਿਸ ਤਰੀਕੇ ਨਾਲ ਬੀਤੇ ਦੌਰ 'ਚ ਹੁੰਦਾ ਰਿਹਾ, ਜਿਸ ਤਰ੍ਹਾਂ ਸਾਹ ਲੈਣ 'ਚ ਸਮੱਸਿਆ ਸੀ ਜਾਂ ਬਹੁਤ ਕੁਝ ਖਾਂਸੀ ਇਹੋ ਜਿਹੀ ਆ, ਸਰੀਰਕ ਦਰਦ ਜਾਂ ਹਲਕਾ ਜਿਹਾ ਬੁਖਾਰ ਜਿਹੜਾ ਉਹ ਜ਼ਰੂਰ ਹੋ ਸਕਦਾ। ਜਿਹੜੀ ਮੌਤ ਵਾਲੀ ਗੱਲ ਆ, ਉਹ ਮੌਤਾਂ ਐਰਕਾਂ ਕਹਿੰਦੇ ਨੇ ਪਰਮਾਤਮਾ ਦੇ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਨਹੀਂ ਕੁਝ ਹੋਵੇਗਾ ਇਹੋ ਜਿਹਾ ਜਿਸ ਤਰੀਕੇ ਨਾਲ ਪਹਿਲੀ ਲਹਿਰ 'ਚ ਦੂਜੀ ਲਹਿਰ 'ਚ ਹੁੰਦਾ ਰਿਹਾ। ਸੋ ਇਹ ਇੱਕ ਰਾਹਤ ਵਾਲੀ ਖਬਰ ਆ। ਅਸੀਂ ਵੀ ਆਪਣੇ ਦਰਸ਼ਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਇਹਨਾਂ ਚੀਜ਼ਾਂ ਨੂੰ ਸੁਣ ਕੇ ਉਹ ਖੌਫ ਸਦਾ ਜਿਹੜੇ ਉਹ ਨਾ ਹੋਣ ਕਿ ਕਰੋਨਾ ਆ ਰਿਹਾ, ਕਰੋਨਾ ਆ ਰਿਹਾ। ਸਿਰਫ ਤੇ ਸਿਰਫ ਇਸ ਦਾ ਇਲਾਜ ਉਹੀ ਆ ਜਿਹੜਾ ਬੀਤੇ ਦੌਰ 'ਚ ਅਪਣਾਇਆ ਜਾਂਦਾ ਰਿਹਾ। ਅਸੀਂ ਵੀ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਕਿ ਮਾਸਕ ਦੀ ਜਿਹੜੀ ਵਰਤੋਂ ਆ ਉਹ ਕੀਤੀ ਜਾਵੇ, ਅਤੇ ਦੂਜਾ ਭੀੜ ਭੜਕੇ ਵਾਲੀਆਂ ਥਾਵਾਂ ਤੋਂ ਜਾਣ ਤੋਂ ਗਰੇਜ਼ ਕੀਤਾ ਜਾਵੇ। ਇਹੋ ਜਿਹੜੀਆਂ 2 ਚੀਜ਼ਾਂ ਨੇ ਇਸ ਵੇਲੇ ਸੈਂਟਰ ਦੀ ਐਡਵਾਈਜ਼ਰੀ ਲਾਗੂ ਕਰ ਰਹੀ ਹੈ, ਪੰਜਾਬ ਸਰਕਾਰ ਵੀ ਕਰ ਰਹੀ ਹੈ, ਔਰ ਦੂਜੇ ਪਾਸੇ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਜਿੱਥੇ ਵੀ ਜਾਣਾ ਮਾਸਕ ਦੀ ਜਿਹੜੀ ਵਰਤੋਂ ਆ ਉਹ ਜ਼ਰੂਰ ਕੀਤੀ ਜਾਵੇ। ਬਾਕੀ ਸੁਖਵਿੰਦਰ ਜੀ, ਜਿਹੜੀ ਲਾਕਡਾਊਨ ਵਾਲੀ ਸਥਿਤੀ ਆ ਜਾਂ ਸਭ ਕੁਝ ਬੰਦ, ਉਹੋ ਜਿਹੀ ਅਜੇ ਕੋਈ ਸਥਿਤੀ ਨਹੀਂ ਹੈ, ਨਾ ਹੀ ਸਰਕਾਰ ਨੇ ਕੋਈ ਅਜਿਹਾ ਕੀਤਾ, ਤੇ ਅਸੀਂ ਪਰਮਾਤਮਾ ਅੱਗੇ ਇਹੋ ਹੀ ਅਰਦਾਸ ਕਰਾਂਗੇ ਕਿ ਇਹੋ ਜਿਹੀ ਸਥਿਤੀ ਜਿਹੜੀ ਪਹਿਲੀ ਜਾਂ ਦੂਜੀ ਲਹਿਰ 'ਚ ਲੋਕਾਂ ਨੂੰ ਜੂਝਣਾ ਪਏ, ਐਰਕਾਂ ਉਹਨਾਂ ਨੂੰ ਨਾ ਜੂਝਣਾ ਪਵੇ। ਜੀ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਐਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਿਹਨਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਸਾਡੇ ਨਾਲ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ।